ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਕੁਝ ਇੱਕ ਖਬਰਾਂ 'ਤੇ ਕਰਾਂਗੇ ਗੱਲਬਾਤ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500 ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ ਅਸ਼ਾਨਜੀਤ ਸਿੰਘ ਕਲੋਟੀ ਅਤੇ ਪਰਿਵਾਰ ਜੁਬਾ ਸਿਟੀ ਤੋਂ ਸਤਨਾਮ ਸਿੰਘ ਸ਼ੇਰਗਿੱਲ ਅਤੇ ਪਰਿਵਾਰ ਸਲਮਾ ਤੋਂ ਜਸਵੀਰ ਸਿੰਘ ਜਸ਼ਨ ਅਤੇ ਪਰਿਵਾਰ ਮਾਊਂਟਨ ਹਾਊਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦਸਾਂਝ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ ਯੂ ਐਸ ਏ ਦੇ ਸਾਡੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਪਿਆਰ ਦੋਸਤੋ ਅਸੀਂ ਤੁਹਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਰੋਜ਼ ਜਿਹੜੀਆਂ ਤੁਸੀਂ ਖਬਰਾਂ ਸੁਣਦੇ ਹੋ ਉਹਨਾਂ ਖਬਰਾਂ ਦੇ ਨਾਲ ਨਾਲ ਕੁਝ ਹੋਰ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਸਕਣ ਜਾਂ ਉਹਨਾਂ ਖਬਰਾਂ ਦੇ ਆਲ ਪਾਲ ਦੇਖਣ ਦੀ ਕੋਸ਼ਿਸ਼ ਕਰੀਏ ਜਿਹੜੀਆਂ ਅੱਜ ਸਿੱਧੇ ਤੌਰ ਦੇ ਉੱਤੇ ਪੰਜਾਬ ਜਾਂ ਦੇਸ਼ ਜਾਂ ਦੁਨੀਆਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਨੇ ਸੋ ਅੱਜ ਦਾ ਗੱਲਬਾਤ ਦਾ ਸਿਲਸਿਲਾ ਬਲਵਿੰਦਰ ਹੋਰੀ ਸ਼ੁਰੂ ਕਰਨਗੇ ਤੇ ਬਲਵਿੰਦਰ ਜੀ ਹਾਂ ਜੀ ਸੁਸ਼ੀਲ ਜੀ ਜਿਹੜਾ ਸਭ ਆਪਾਂ ਖਬਰਾਂ ਦੇ ਵਿੱਚ ਵੀ ਕਵਰ ਕੀਤਾ ਆ ਪੰਜਾਬੀ ਸੂਬੇ ਦੀ 50ਵੀਂ ਬਰੇਗੰਢ 50ਵੀਂ ਬਰੇਗੰਢ ਤੇ ਆਪਾਂ ਜਿਹੜੀ ਆ ਉਹ ਮਨਾ ਰਹੇ ਹਾਂ ਪਰ ਉਸ ਦੇ ਵਿੱਚ ਉਸ ਪੰਜਾਬੀ ਸੂਬੇ ਦੇ ਵਿੱਚ ਹੈ ਕੀ ਆ ਜਿਹਦੀ ਖੁਸ਼ੀ ਦੇ ਵਿੱਚ ਇਹ ਬਰੇਗੰਢ ਮਨਾ ਰਹੇ ਹਾਂ ਦੇਖੋ ਇੱਕ ਤਿਰਸ ਹੈ ਇੱਕ ਰਿਵਾਜ ਹੈ ਵੀ ਅਸੀਂ ਸਾਲ ਦਰ ਸਾਲ ਜਿੱਦਾਂ ਜਿੱਦਾਂ ਵਕਤ ਲੰਘਦਾ ਹੈ ਕੋਈ ਨਾ ਕੋਈ ਇਸ ਤਰ੍ਹਾਂ ਦਾ ਅਸੀਂ ਸ਼ਗਨ ਦੇ ਤੌਰ ਤੇ ਰਿਵਾਜ ਦੇ ਤੌਰ ਤੇ ਦਿਨ ਮਨਾਉਣ ਲੱਗ ਪੈਂਦੇ ਹਾਂ ਦਿਨ ਮਨਾਉਣੇ ਕੋਈ ਕੋਈ ਬੁਰੀ ਗੱਲ ਨਹੀਂ ਹੈ ਪਰ ਦਿਨ ਮਨਾਉਂਦਿਆਂ ਹੋਇਆ ਇਸ ਗੱਲ ਦਾ ਅਹਿਸਾਸ ਵੀ ਜ਼ਰੂਰ ਚਾਹੀਦਾ ਹੈ ਕਿ ਅਸੀਂ ਮੈਂ ਮੰਨ ਲਓ ਤੁਸੀਂ ਆਪਣਾ ਜਨਮ ਦਿਨ ਹੀ ਮਨਾਉਂਦੇ ਹੋ ਮੈਂ ਆਪਣਾ ਜਨਮ ਦਿਨ ਮਨਾਉਂਦਾ ਹੈ ਸਾਨੂੰ ਜਨਮ ਦਿਨ ਮਨਾਉਂਦਿਆਂ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਇੱਕ ਸਾਲ ਜਿਹੜਾ ਹੁਣ ਲੰਘ ਕੇ ਗਿਆ ਨਵੇਂ ਸਾਲ ਚ ਪ੍ਰਵੇਸ਼ ਕਰ ਰਹੇ ਹਾਂ ਇੱਕ ਸਾਲ ਦੇ ਵਿੱਚ ਕੀ ਹਾਸਿਲ ਕੀਤਾ ਕੀ ਸਾਡੀਆਂ ਪ੍ਰਾਪਤੀਆਂ ਰਹੀਆਂ ਕੀ ਅਸੀਂ ਚਾਹੁੰਦੇ ਸੀ ਪਰ ਅਸੀਂ ਕਰ ਨਹੀਂ ਸਕੇ ਕੀ ਅਸੀਂ ਆਉਂਦੇ ਸਾਲਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਾਸਿਲ ਕਰ ਸਕਾਂਗੇ ਜਿਹੜੇ ਨਿਸ਼ਾਨੇ ਅਸੀਂ ਮਿੱਥੇ ਸੀ ਇਹ ਇੱਕ ਨਿੱਜੀ ਤੌਰ ਤੇ ਵੀ ਮੈਂ ਕਹਿ ਰਿਹਾ ਵੀ ਜਦੋਂ ਕੋਈ ਬੰਦਾ ਆਪ ਦਾ ਜਨਮ ਉਤਸਵ ਜਨਮ ਦਿਨ ਮਨਾਉਂਦਾ ਤੇ ਉਹਨੂੰ ਵੀ ਇਹਦਾ ਗੱਲਾਂ ਦਾ ਅਹਿਸਾਸ ਹੁੰਦਾ ਵੀ ਉਹਨੇ ਸਾਲ ਦੇ ਵਿੱਚ ਕੀ ਗਵਾਇਆ ਤੇ ਕੀ ਹਾਸਿਲ ਕੀਤਾ ਏਦਾਂ ਕੁਛ ਦਿਨ ਜਿਹੜੇ ਆ ਉਹ ਰਸਮਾਂ ਬਣ ਜਾਂਦੇ ਆ ਤੇ ਉਹ ਰਸਮਾਂ ਅਸੀਂ ਨਿਭਾਉਂਦੇ ਚਲੇ ਜਾਂਦੇ ਹਾਂ ਦੁਨੀਆਂ ਭਰ ਦੇ ਵਿੱਚ ਦਿਨ ਮਨਾਏ ਜਾਂਦੇ ਆ ਪਿੱਛੇ ਦਿਨ ਲੰਘ ਕੇ ਗਏ ਆ ਗਾਂਹ ਦਿਨ ਆਉਣੇ ਆ ਜਿੱਦਾਂ ਅਸੀਂ ਉਤਸਵ ਮਨਾਉਂਦੇ ਹਾਂ ਦੀਵਾਲੀ ਮਨਾ ਲਈ ਦੁਸਹਿਰਾ ਮਨਾ ਲਿਆ ਹੋਲੀ ਮਨਾ ਲਈ ਏਦਾਂ ਜਿੱਦਾਂ ਅਸੀਂ ਉਤਸਵ ਮਨਾਉਂਦੇ ਹਾਂ ਜਿੱਦਾਂ ਉਹ ਰਵਾਇਤੀ ਤੌਰ ਦੇ ਉੱਤੇ ਮਨਾਉਂਦੇ ਚਲੇ ਆਉਂਦੇ ਆ ਤੇ ਉਹਨਾਂ ਚ ਉਹ ਪੁਰਾਣੀਆਂ ਰਵਾਇਤਾਂ ਨੂੰ ਅਸੀਂ ਅੱਗੇ ਲੈ ਕੇ ਜਾਂਦੇ ਹਾਂ ਤੇ ਆਧੁਨਿਕਤਾ ਜਿਹੜੀ ਹੈ ਉਹ ਆਪਣੇ ਤਰੀਕੇ ਨਾਲ ਉਹਦੇ ਚ ਅਸਰ ਅੰਦਾਜ਼ ਹੁੰਦੀ ਹੈ ਪਰ ਉਹਨਾਂ ਦਿਨਾਂ ਦੇ ਮਹੱਤਵ ਬਾਰੇ ਅਸੀਂ ਕੁਝ ਨਹੀਂ ਜਾਣਦੇ ਉਹਨਾਂ ਦਿਨਾਂ ਦੇ ਮਹੱਤਵ ਬਾਰੇ ਅਸੀਂ ਕਦੀ ਚਰਚਾ ਨਹੀਂ ਕਰਦੇ ਪਟਾਕੇ ਵਜਾ ਲਏ ਦੀਵਾਲੀ ਲੰਘ ਗਈ ਹੈ ਪਟਾਕੇ ਵਜਾ ਲਏ ਆਤਿਸ਼ਬਾਜ਼ੀਆਂ ਕਰ ਲਈਆਂ ਵਾਤਾਵਰਨ ਗੰਧਲਾ ਕਰ ਦਿੱਤਾ ਉਸ ਦਿਨ ਦਾ ਜਿਹੜਾ ਮਹੱਤਵ ਹੈ ਜਾਂ ਬੰਦੀ ਛੋੜ ਦਿਵਸ ਦਾ ਜਿਹੜਾ ਮਹੱਤਵ ਹੈ ਉਹਨੂੰ ਭੁੱਲ ਜਾਂਦੇ ਆ ਤਿਉਹਾਰਾਂ ਨੂੰ ਵੀ ਅਸੀਂ ਇੱਕ ਕਿਸਮ ਦਾ ਮਾਰਕੀਟ ਦਾ ਬਾਜ਼ਾਰ ਦਾ ਰੂਪ ਦੇ ਦਿੱਤਾ ਏਦਾਂ ਹੀ ਕੁਝ ਦਿਨ ਜਿਹੜੇ ਆ ਉਹ ਕੌਮੀ ਉਤਸਵ ਦੇ ਤੌਰ ਤੇ ਮਨਾਏ ਜਾਂਦੇ ਆ ਕੁਝ ਸੂਬਾਈ ਉਤਸਵ ਦੇ ਤੌਰ ਤੇ ਮਨਾਏ ਜਾਂਦੇ ਆ ਜਿੱਦਾਂ ਹੁਣ ਪੰਜਾਬ ਦੀ ਆਪਾਂ ਗੱਲ ਕਰ ਰਹੇ ਹਾਂ ਕਿ 50ਵੀਂ ਵਰੇਗੰਢ ਪੰਜਾਬੀ ਸੂਬੇ ਦੀ ਅਸੀਂ ਮਨਾ ਰਹੇ ਹਾਂ ਇਕੱਲੇ ਮਨਾ ਨਹੀਂ ਰਹੇ ਨਾਲ ਇੱਕ ਲਫ਼ਜ਼ ਦਿੱਤਾ ਵੀ ਅਸੀਂ 50ਵੀਂ ਵਰੇਗੰਢ ਤੇ ਜਸ਼ਨ ਮਨਾ ਰਹੇ ਹਾਂ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਤੇ ਜਸ਼ਨ ਔਰ ਸਵਾਲ ਇਹ ਪੈਦਾ ਹੁੰਦਾ ਜਿਹੜਾ ਤੁਸੀਂ ਕੀਤਾ ਸਵਾਲ ਵੀ ਅਸੀਂ 50 ਸਾਲਾਂ ਦੇ ਵਿੱਚ ਪੰਜਾਬੀ ਸੂਬੇ ਦੇ ਨਾਂ ਤੇ ਕੀਤਾ ਕੀ ਹੈ ਪੰਜਾਬੀ ਸੂਬੇ ਦੀ ਵਰੇਗੰਢ ਹੋਵੇ 50ਵੀਂ ਉਹਦੇ ਬਾਵਜੂਦ ਅੱਜ ਤੱਕ ਦੀਆਂ ਸਰਕਾਰਾਂ ਜਿਹੜੀਆਂ ਉਹ ਆਪਣੀ ਹੀ ਜ਼ਮੀਨ ਤੇ ਪੰਜਾਬੀ ਭਾਸ਼ਾ ਪੰਜਾਬੀ ਬੋਲੀ ਦਾ ਰੁਤਬਾ ਨਹੀਂ ਬਹਾਲ ਕਰ ਸਕੀਆਂ ਭਾਸ਼ਾ ਦੇ ਆਧਾਰ ਤੇ ਸੂਬਾ ਬਣਿਆ ਨਾ 1967 ਦੇ ਵਿੱਚ ਰਾਜ ਭਾਸ਼ਾ ਐਕਟ ਬਣ ਗਿਆ ਰਾਜ ਭਾਸ਼ਾ ਐਕਟ ਜਿਹੜਾ 1967 ਬਣਾਇਆ ਗਿਆ ਉਹਦੇ ਚ ਇੰਨੀਆਂ ਚੋਰ ਮੋਰੀਆਂ ਰੱਖ ਲਈਆਂ ਗਈਆਂ ਕਿ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬੀ ਜਿਹੜੀ ਹੈ ਉਹ ਲਗਭਗ ਬੇਦਖਲ ਕਰ ਦਿੱਤੀ ਗਈ ਤੇ ਅੰਗਰੇਜ਼ੀ ਦੀ ਵਰਤੋਂ ਜਿਹੜੀ ਖੋਲਿਆਮ ਹੋਈ ਇੰਨੀਆਂ ਚੋਰ ਮੋਰੀਆਂ ਸੀ ਕਿ ਕਿਸੇ ਲਈ ਸਜ਼ਾ ਦੀ ਕੋਈ ਧਾਰਾ ਤੱਕ ਉਸ ਐਕਟ ਦੇ ਵਿੱਚ ਨਹੀਂ ਸੀ ਰੌਲਾ ਪਿਆ ਬੜਾ ਲੇਖਕਾਂ ਨੇ ਪੰਜਾਬੀ ਲੇਖਕਾਂ ਨੇ ਰੌਲਾ ਪਾਇਆ ਸੱਭਿਆਚਾਰਕ ਕਾਮਿਆਂ ਨੇ ਰੌਲਾ ਪਾਇਆ ਤਾਂ ਜਾ ਕੇ 1967 ਵਾਲਾ ਰਾਜ ਭਾਸ਼ਾ ਐਕਟ ਉਹਦੇ ਵਿੱਚ ਸੋਧ ਕੀਤੀ ਗਈ 2008 ਦੇ ਵਿੱਚ ਉਹ ਸੋਧ ਕਰਨ ਦੇ ਬਾਵਜੂਦ ਵੀ ਪੰਜਾਬੀ ਦਾ ਰੁਤਬਾ ਬਹਾਲ ਨਹੀਂ ਹੋਇਆ ਕਿਉਂਕਿ ਉਹ ਸੋਧ ਕਰਕੇ ਵੀ ਚੋਰ ਮੋਰੀਆਂ ਰੱਖ ਲਈਆਂ
ਕਿਸੇ ਵਾਸਤੇ ਵੀ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਹੈ ਕਿ ਜੇ ਉਹ ਪੰਜਾਬੀ ਦੀ ਵਰਤੋਂ ਨਹੀਂ ਕਰਦਾ ਸਰਕਾਰੀ ਦਫਤਰਾਂ ਦੇ ਵਿੱਚ ਆਪਣੇ ਕੰਮਕਾਜ ਦੇ ਵਿੱਚ ਤਾਂ ਉਹਨੂੰ ਕੋਈ ਸਜ਼ਾ ਦਿੱਤੀ ਜਾ ਸਕੇ। ਇਸ ਕਰਕੇ ਉਹ ਭਾਸ਼ਾ ਵਰਤੀ ਨਹੀਂ ਜਾਂਦੀ। ਪੰਜਾਬ ਦੇ ਮੁੱਖ ਮੰਤਰੀ ਦਸਤਖਤ ਕਰਦੇ ਆ ਪੰਜਾਬੀ ਦੇ ਵਿੱਚ, ਗੁਰਮੁਖੀ ਦੇ ਵਿੱਚ ਪੱਪਾ ਪੂਰਾ ਰਾਰਾ ਪਾ ਕੇ ਕਰਦੇ ਆ। ਪੱਪਾ ਪੂਰਾ ਰਾਰਾ ਕੱਕੇ ਨੂੰ ਕੰਨਾ ਸੱਸੇ ਪੈਰ ਬਿੰਦੀ ਪ੍ਰਕਾਸ਼, ਇਹਦੇ ਨਾਲ ਸਿੰਘ ਬਾਦਲ ਲਿਖਦੇ ਆ, ਗੁਰਮੁਖੀ ਚ ਲਿਖਦੇ ਆ। ਇਹਦਾ ਮਤਲਬ ਇਹ ਨਹੀਂ ਹੈ ਕਿ ਪ੍ਰਕਾਸ਼ ਸਿੰਘ ਬਾਦਲ ਗੁਰਮੁਖੀ ਚ ਜਾਂ ਪੰਜਾਬੀ ਚ ਦਸਤਖਤ ਕਰਦੇ ਆ ਤੇ ਪੰਜਾਬ ਦਾ ਸਾਰਾ ਕੰਮਕਾਜ ਪੰਜਾਬੀ ਚ ਹੋਣ ਡਿਆ। ਸਗੋਂ ਅੰਗਰੇਜ਼ੀ ਚ ਚਿੱਠੀ ਲਿਖੀ ਹੁੰਦੀ ਹੈ ਅਫਸਰ ਨੇ, ਜਿਹਦੇ ਤੇ ਦਸਤਖਤ ਪੰਜਾਬੀ ਚ ਹੁੰਦੇ ਆ। ਹੁਕਮ ਜਿਹੜੇ ਆ ਅੰਗਰੇਜ਼ੀ ਚ ਹੁੰਦੇ ਆ, ਦਸਤਖਤ ਪੰਜਾਬੀ ਚ ਹੁੰਦੇ ਆ। ਇਹ ਸੱਚਾਈ ਹੈ ਸਾਡੀ। ਬੜੀ ਵਧੀਆ ਪੰਜਾਬੀ ਬੋਲਦੇ ਆ ਬਾਦਲ ਸਾਹਿਬ ਜਦੋਂ ਵੋਟਾਂ ਮੰਗਣ ਜਾਂਦੇ ਆ, ਸੰਗਤ ਦਰਬਾਰਾਂ ਚ ਜਾਂਦੇ ਆ। ਅਸੀਂ ਕੀ ਕਹਿੰਦੇ ਆ, ਅਸੀਂ ਕਹਿੰਦੇ ਵੀ ਜੇ ਇਸ ਭਾਸ਼ਾ ਚ ਜਾ ਕੇ ਲੋਕਾਂ ਤੋਂ ਵੋਟਾਂ ਮੰਗਦੇ ਹੋ, ਉਸੇ ਭਾਸ਼ਾ ਚ ਉਹਨਾਂ ਨੂੰ ਇਨਸਾਫ਼ ਵੀ ਦਿਓ ਨਾ ਅਦਾਲਤਾਂ ਦੇ ਵਿੱਚ। ਵੋਟਾਂ ਤਾਂ ਮੰਗਣੀਆਂ ਸਿੱਧੀ ਸਾਦੀ ਭਾਸ਼ਾ ਦੇ ਵਿੱਚ ਮਖੌਲ ਕਰ ਕਰਕੇ ਲੋਕਾਂ ਤੋਂ, ਉਹ ਲੋਕਾਂ ਦੀ ਭਾਸ਼ਾ ਹੈ ਜਿਹਦੇ ਚ ਵੋਟਾਂ ਮੰਗਦੇ ਆ ਸਿਆਸਤਦਾਨ। ਤੇ ਅਦਾਲਤਾਂ ਦੇ ਵਿੱਚ ਜਿਹੜੇ ਇਨਸਾਫ਼ ਹੁੰਦੇ ਆ ਉੱਥੇ ਪੰਜਾਬੀ ਹੈ ਹੀ ਨਹੀਂ। ਜਿਹੜੇ ਹੁਕਮ ਲਿਖੇ ਜਾਂਦੇ ਆ ਉਹ ਜਾਂ ਅੰਗਰੇਜ਼ੀ ਚ ਲਿਖੇ ਜਾਂਦੇ ਆ। ਜਿਹੜੀਆਂ ਬਹਿਸਾਂ ਹੁੰਦੀਆਂ ਵਕੀਲਾਂ ਦੀਆਂ, ਉਹ ਪਤਾ ਹੀ ਨਹੀਂ ਹੁੰਦਾ ਜਿਹੜਾ ਜਿਹੜਾ ਇਨਸਾਫ਼ ਲੈਣ ਗਿਆ ਹੁੰਦਾ ਅਦਾਲਤ ਵਿੱਚ, ਬਹਿਸ ਕਰਦੇ ਵਕੀਲ ਆਪੋ ਵਿੱਚ, ਉਹਨਾਂ ਨੂੰ ਪਤਾ ਹੀ ਨਹੀਂ ਕਿਹੜੀ ਭਾਸ਼ਾ ਚ ਕਰਦੇ ਆ। ਜਿਹੜੇ ਫੈਸਲੇ ਸੁਣਾ ਦਿੱਤੇ ਜਾਂਦੇ ਆ, ਸਾਰਾ ਕੁਛ ਕਰ ਦਿੱਤਾ ਜਾਂਦਾ, ਹੁਕਮਾਂ ਜਿਹੜੇ ਆ ਦੇ ਦਿੱਤੇ ਜਾਂਦੇ, ਫੜਾ ਦਿੱਤੇ ਜਾਂਦੇ, ਉਹ ਪੜ੍ਹ ਕੇ ਕਿਸੇ ਨੂੰ ਪਤਾ ਨੀ ਲੱਗਦਾ ਵੀ ਲਿਖਿਆ ਕੀ ਹੈ। ਥਾਣਿਆਂ ਦੇ ਵਿੱਚ ਉਹੀ ਭਾਸ਼ਾ ਜਿਹੜੀ ਅਰਬੀ ਫਾਰਸੀ ਵਾਲੀ ਚੱਲੀ ਜਾਂਦੀ, ਐਫ ਆਈ ਆਰ ਤੁਸੀਂ ਪੜ੍ਹ ਕੇ ਦੱਸ ਨੀ ਸਕਦੇ ਵੀ ਐਫ ਆਈ ਆਰ ਚ ਲਿਖਿਆ ਕੀ ਹੈ, ਅਰਥ ਕੀ ਹੈ ਇਹਦੇ। ਨਾ ਗਿਆਨ ਵਿਗਿਆਨ ਦੀ ਭਾਸ਼ਾ ਪੰਜਾਬੀ, ਨਾ ਮੈਡੀਕਲ ਸਿੱਖਿਆ ਦੀ ਭਾਸ਼ਾ ਪੰਜਾਬੀ, ਨਾ ਰੁਜ਼ਗਾਰ ਦੀ ਭਾਸ਼ਾ ਪੰਜਾਬੀ, ਨਾ ਅਦਾਲਤਾਂ ਦੇ ਵਿੱਚ ਇਨਸਾਫ਼ ਦੀ ਭਾਸ਼ਾ ਪੰਜਾਬੀ। ਫਿਰ ਪੰਜਾਬੀ ਸੂਬੇ ਨੇ ਖੱਟਿਆ ਕੀ 50 ਸਾਲਾਂ ਚ? ਕਾਹਦੇ ਜਸ਼ਨ ਲਈ, ਕਾਹਦੇ ਜਸ਼ਨ ਮਨਾਏ ਜਾ ਰਹੇ? ਪੰਜਾਬ ਦੇ ਪਾਣੀਆਂ ਦੀ ਗੱਲ ਜਿਹੜੀ ਹੈ ਉਹ ਹੁਣ ਸ਼ੁਰੂ ਕਰਤੀ ਹੈ ਜਦੋਂ ਵੋਟਾਂ ਨੇੜੇ ਆ ਗਈਆਂ। ਚੰਡੀਗੜ੍ਹ ਦੀ ਗੱਲ ਹੁਣ ਸ਼ੁਰੂ ਹੋ ਗਈ, ਵੋਟਾਂ ਨੇੜੇ ਆ ਗਈਆਂ, ਇਹ ਚੋਣਾਂ ਦੇ ਸੁਣਸੁਣੇ ਹੈ। ਦਰਿਆਈ ਪਾਣੀ, ਪੰਜਾਬੀ ਬੋਲਦੇ ਇਲਾਕੇ, ਠੀਕ ਹੈ ਜੀ, ਚੰਡੀਗੜ੍ਹ ਪੰਜਾਬ ਦਾ, ਇਹ ਚੋਣਾਂ ਦੇ ਸੁਣਸੁਣੇ ਵਜਾਏ ਜਾਂਦੇ ਆ। 50 ਸਾਲਾਂ ਚ ਹਾਸਲ ਨਹੀਂ ਕੀਤਾ ਕੁਝ ਵੀ। ਸੋ ਇਹ ਜਸ਼ਨ ਹੈ, ਇਹਨਾਂ ਜਸ਼ਨਾਂ ਦੇ ਉੱਤੇ ਕਿੱਦਾਂ ਅਸੀਂ ਖੁਸ਼ੀ ਚ ਭੰਗੜੇ ਪਾ ਲਈਏ? ਸਰਕਾਰ ਪਾਵੇ, ਸਰਕਾਰ ਤਾਂ ਪਾ ਰਹੀ ਹੈ, ਸਰਕਾਰ ਜਸ਼ਨ ਮਨਾ ਰਹੀ ਹੈ, ਮਨਾਵੇ। ਪਰ ਲੋਕਾਂ ਲਈ ਜਸ਼ਨ ਦਾ ਵੇਲਾ ਨਹੀਂ ਹੈ, ਲੋਕਾਂ ਲਈ ਸੋਚਣ ਦਾ ਵੇਲਾ ਹੈ ਵੀ 50 ਸਾਲਾਂ ਚ ਹਾਸਲ ਕੀ ਕੀਤਾ? ਕੁਝ ਵੀ ਨਹੀਂ, 0-0। ਸੋ ਸਰਕਾਰੀ ਜਸ਼ਨ ਹੈ, ਲੋਕਾਂ ਵਾਸਤੇ ਤਾਂ ਸੋਗ ਹੈ। ਲੋਕਾਂ ਨੂੰ ਤਾਂ ਮੂਰਖ ਬਣਾਉਣ ਦੀ ਸਿਆਸਤ ਕੀਤੀ ਜਾ ਰਹੀ ਹੈ। ਇਹਨਾਂ ਦੇ ਜਸ਼ਨ, ਇਹਨਾਂ ਨੂੰ ਮੁਬਾਰਕ। ਲੋਕਾਂ ਨੂੰ ਚੇਤੰਨ ਹੋਣਾ ਪਏਗਾ, ਚੌਕਸ ਹੋਣਾ ਪਏਗਾ। 50 ਸਾਲਾਂ ਦੇ ਵਿੱਚ ਕਿੰਨਾ ਕੁਝ ਗਵਾ ਲਿਆ ਪੰਜਾਬ ਨੇ। 50 ਸਾਲਾਂ ਚ 1 ਨੰਬਰ ਦਾ ਸੂਬਾ 18ਵੇਂ ਨੰਬਰ ਤੇ ਚਲਾ ਗਿਆ। ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਏਗਾ, ਤਾਂ ਸ਼ਾਇਦ ਜਸ਼ਨਾਂ ਦੇ ਸਹੀ ਅਰਥ ਜਿਹੜੇ ਹੈ ਉਹ ਸਾਡੇ ਤੱਕ ਪਹੁੰਚ ਸਕਣ। ਸਰਕਾਰ ਜਸ਼ਨ ਮਨਾਉਂਦੀ ਹੈ, ਮਨਾਈ ਜਾਵੇ, ਪਰ ਲੋਕਾਂ ਨਾਲ ਕਿਸੇ ਕਿਸਮ ਦਾ ਇਹਨਾਂ ਜਸ਼ਨਾਂ ਦਾ ਸੰਬੰਧ ਨਹੀਂ ਹੈ ਜੀ। ਜੀ ਬਿਲਕੁਲ, ਤੁਸੀਂ ਜਿਹੜਾ ਵਿਸਥਾਰ ਦੇ ਵਿੱਚ ਦੱਸਿਆ ਆ, ਪ੍ਰਕਾਸ਼ ਦੇ ਕਹਿੰਦੇ ਨਾਂ ਥੱਲੇ ਹਨੇਰਾ ਹੀ ਹਨੇਰਾ ਜਿੰਨੀਆਂ ਕੁ ਗੱਲਾਂ ਤੁਸੀਂ ਦੱਸੀਆਂ ਹੈ। ਅਤੇ ਅੱਗੇ ਆਪਾਂ ਫਿਰ ਬਰੇਗੰਢ ਦੀ ਗੱਲ ਕਰੀਏ ਕਿ ਜਦੋਂ ਬਰੇਗੰਢ ਸੀਗੀ ਅਤੇ ਬਰੇਗੰਢ ਨੂੰ ਮੁੱਖ ਰੱਖ ਕੇ ਇਹ ਸਾਰਾ ਕੁਛ ਕੀਤਾ ਗਿਆ ਆ, ਪਰ ਉੱਥੇ ਕਈ ਤਰ੍ਹਾਂ ਦੇ ਜਿਹੜੇ ਬਿਆਨ ਆ, ਬਿਆਨਬਾਜ਼ੀ ਕੀਤੀ ਗਈ ਆ, ਉਹ ਚੋਣਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਆ। ਬਿਲਕੁਲ, ਜਿੱਦਾਂ ਮੈਂ ਜ਼ਿਕਰ ਕੀਤਾ ਵੀ ਚੋਣਾਂ ਸਿਰ ਤੇ ਹੈ ਤੇ ਫਿਰ ਜਸ਼ਨ ਜਿਹੜੇ ਆ, ਜਸ਼ਨ ਮਨਾਉਣ ਦੇ ਨਾਂ ਤੇ ਚੋਣਾਂ ਦੀ ਸਿਆਸਤ ਕੀਤੀ ਜਾ ਰਹੀ ਹੈ। 50 ਸਾਲਾਂ ਦੇ ਵਿੱਚ ਅਸੀਂ ਨਾ ਚੰਡੀਗੜ੍ਹ ਹਾਸਲ ਕਰ ਸਕੇ, ਨਾ ਦਰਿਆਈ ਪਾਣੀਆਂ ਦਾ ਸਾਨੂੰ ਇਨਸਾਫ਼ ਮਿਲਿਆ, ਨਾ ਪੰਜਾਬੀ ਬੋਲਦੇ ਇਲਾਕੇ ਮਿਲੇ। ਚੋਣਾਂ ਆ ਗਈਆਂ, ਚੋਣਾਂ ਆਉਂਦੇ ਹੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਸਾਰਿਆਂ ਦੇ ਸਾਹਮਣੇ ਆ ਗਿਆ। ਅੰਮ੍ਰਿਤਸਰ ਦੇ ਵਿੱਚ ਸਮਾਗਮ ਕੀਤਾ ਗਿਆ 50ਵੀਂ ਵਰ੍ਹੇਗੰਢ ਦਾ, ਤੇ ਇਹ ਸਟੇਟ ਲੈਵਲ ਦਾ ਸਮਾਗਮ ਸੀ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਭਾਸ਼ਣ ਕੀਤਾ। ਭਾਸ਼ਣ ਜਦੋਂ ਕਰ ਰਹੇ ਸੀ, ਕੇਂਦਰੀ ਮੰਤਰੀ ਅਰੁਣ ਜੇਟਲੀ ਸਾਹਿਬ ਵੀ ਉੱਥੇ ਹਾਜ਼ਰ ਸੀ, ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਸ਼ਾਹ ਵੀ ਉੱਥੇ ਹਾਜ਼ਰ ਸੀ। ਲੋਕਾਂ ਨੂੰ ਬੜਾ ਚੰਗਾ ਲੱਗਾ ਹੋਏਗਾ, ਬਾਦਲ ਸਾਹਿਬ ਨੇ ਤਾਂ ਬੜੇ ਧੜੱਲੇ ਨਾਲ ਗੱਲ ਕਰਤੀ। ਕਿਹਾ ਕਿ ਵੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਜਿਹੜਾ ਮਸਲਾ ਆ, ਇਹਦੇ ਤੇ ਅਦਾਲਤ ਦਾ ਫੈਸਲਾ ਜਿਹੜਾ ਮਰਜ਼ੀ ਆ ਜਾਵੇ, ਅਸੀਂ ਕਿਸੇ ਨੂੰ ਇੱਕ ਵੀ ਬੂੰਦ ਪਾਣੀ ਕਿਸੇ ਵੀ ਕੀਮਤ ਤੇ ਨਹੀਂ ਦੇਣੀ, ਬਾਦਲ ਸਾਹਿਬ ਨੇ ਕਿਹਾ। ਸਵਾਲ ਹੀ ਪੈਦਾ ਹੁੰਦਾ ਵੀ ਤੁਸੀਂ ਅਰੁਣ ਜੇਟਲੀ ਤੇ ਅਮਿਤ ਸ਼ਾਹ ਦੀ ਮੌਜੂਦਗੀ ਚ ਇਹ ਗੱਲ ਕਰ ਰਹੇ ਹੋ ਤੇ ਅਦਾਲਤ ਦੀ ਗੱਲ ਕਰ ਰਹੇ ਹੋ ਵੀ ਅਦਾਲਤ ਜੋ ਮਰਜ਼ੀ ਫੈਸਲਾ ਕਰ ਦੇਵੇ, ਅਸੀਂ ਨੀ ਪਾਣੀ ਦੀ ਬੂੰਦ ਵੀ ਦਿੰਦੇ ਜੀ। ਇੰਨਾ ਜ਼ਿਆਦਾ ਪ੍ਰਤੀਬੱਧਤਾ ਵਾਲਾ ਸਵਾਲ ਹੈ ਪੰਜਾਬ ਸਰਕਾਰ ਲਈ ਜਾਂ ਬਾਦਲ ਸਾਹਿਬ ਲਈ? ਫਿਰ ਸਰਕਾਰ ਤਾਂ ਹੁਣ ਉਹਨਾਂ ਦੀ ਆਪ ਦੀ ਹੈ ਦਿੱਲੀ ਦੇ ਵਿੱਚ। ਜਿਹੜੇ ਬੋਲ ਕੇ ਗਏ ਇਹਨਾਂ ਤੋਂ ਪਹਿਲਾਂ ਕੇਂਦਰੀ ਮੰਤਰੀ ਅਰੁਣ ਜੇਟਲੀ,
ਉਹਨਾਂ ਨੇ ਬੜੇ ਫਖਰ ਨਾਲ ਇਹ ਗੱਲ ਕਹੀ ਕਿ ਬਹੁਤ ਘੱਟ ਟਾਈਮ ਹੁੰਦੇ ਆ ਏਦਾਂ ਦੇ ਆਉਂਦੇ, ਸਮੇਂ ਬੜੇ ਘੱਟ ਆਉਂਦੇ ਆ ਵੀ ਸਟੇਟ ਵਿੱਚ ਵੀ ਸਾਡੀ ਸਰਕਾਰ ਹੋਵੇ ਤੇ ਦਿੱਲੀ 'ਚ ਵੀ ਸਾਡੀ ਸਰਕਾਰ ਹੋਵੇ, ਕੇਂਦਰ 'ਚ ਵੀ ਸਾਡੀ ਸਰਕਾਰ ਹੋਵੇ। ਤੇ ਪੰਜਾਬ ਵਾਲੇ ਤਾਂ ਵੱਡੇ ਭਾਗਾਂ ਵਾਲੇ ਆ, ਬੜੇ ਚੰਗੇ ਭਾਗ ਆ ਪੰਜਾਬ ਵਾਲਿਆਂ ਦੇ, ਪੰਜਾਬ 'ਚ ਵੀ ਆਪਣੀ ਸਰਕਾਰ ਤੇ ਕੇਂਦਰ 'ਚ ਵੀ ਆਪਣੀ ਸਰਕਾਰ, ਤੇ ਮਸਲਾ ਕਿੱਥੇ ਖੜਾ ਬਈ? ਬਾਦਲ ਸਾਹਿਬ ਦੋਸ਼ ਲਾਉਂਦੇ ਆ ਵੀ ਜਿੰਨੀਆਂ ਵੀ ਪ੍ਰੋਬਲਮਸ ਹੈ ਪੰਜਾਬ ਦੀਆਂ ਉਹਦੇ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ। ਪੰਜਾਬ ਦੇ ਪਾਣੀਆਂ ਦਾ ਨਿਪਟਾਰਾ ਹੋ ਜਾਣਾ ਸੀ, ਚੰਡੀਗੜ੍ਹ ਪੰਜਾਬ ਨੂੰ ਮਿਲ ਜਾਣਾ ਸੀ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲ ਜਾਣੇ ਸੀ, ਪਰ ਬਦਨੀਤੀ ਰਹੀ ਕਾਂਗਰਸ ਪਾਰਟੀ ਦੀ। ਕਾਂਗਰਸ ਪਾਰਟੀ ਨੇ ਪੰਜਾਬ ਨਾਲ ਧੋਖਾ ਕੀਤਾ, ਇਹ ਕਿਹਾ ਬਾਦਲ ਸਾਹਿਬ ਨੇ। ਇਸ ਗੱਲ ਨਾਲ ਮੁਤਫਿਕ ਹੈ ਅਸੀਂ, ਇਹ ਗੱਲ ਬਿਲਕੁਲ ਸਹੀ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਨਾਲ ਧੋਖਾ ਕੀਤਾ, ਪਰ ਬਾਦਲ ਸਾਹਿਬ ਇਹ ਕਿਉਂ ਨੀ ਕਹਿੰਦੇ ਕਿ ਕਿੰਨੀ ਵਾਰੀ ਕੇਂਦਰ ਦੇ ਵਿੱਚ ਉਹਨਾਂ ਦੀ ਆਪਦੀ ਸਰਕਾਰ ਬਣੀ ਐਨਡੀਏ ਦੀ, ਤੇ ਹੁਣ ਵੀ ਉਹਨਾਂ ਦੀ ਸਰਕਾਰ ਹੈ, ਹੁਣ ਕੌਣ ਧੋਖਾ ਕਰ ਰਿਹਾ? ਹੁਣ ਕਿਉਂ ਨੀ ਪੰਜਾਬ ਨੂੰ ਪਾਣੀ ਪਾਣੀ ਦਿੱਤਾ ਜਾ ਰਿਹਾ? ਪੰਜਾਬ ਦਾ ਪੰਜਾਬ ਤੋਂ ਪਾਣੀ ਖੋਹੇ ਕਿਉਂ ਜਾ ਰਹੇ ਹੈ? ਹੁਣ ਚੰਡੀਗੜ੍ਹ ਪੰਜਾਬ ਨੂੰ ਕਿਉਂ ਨੀ ਸੌਂਪ ਦਿੱਤਾ ਜਾਂਦਾ? ਇਹ ਨੀ ਗੱਲ ਕਹਿ ਰਹੀ ਬਾਦਲ ਸਾਹਿਬ, ਸਿਰਫ ਕੋਰਟ ਦਾ ਹਵਾਲਾ ਦਿੱਤਾ, ਅਦਾਲਤ ਜੋ ਮਰਜ਼ੀ ਕਰ ਲਵੇ, ਅਸੀਂ ਨੀ ਛੱਡਦੇ ਐਸ ਵਾਈ ਐਲ ਦਾ ਪਾਣੀ, ਜੋ ਮਰਜ਼ੀ ਹੋ ਜਾਵੇ, ਇੱਕ ਬੂੰਦ ਵੀ ਨੀ ਦਿੰਦੇ। ਤੇ ਦੋ ਟੁੱਕ ਗੱਲ ਉਹ ਸਟੇਜ ਤੋਂ ਤਾਂ ਕਹਿ ਰਹੇ ਆ, ਜਾ ਕੇ ਪ੍ਰਧਾਨ ਮੰਤਰੀ ਦੇ ਕੰਨ 'ਚ ਹੌਲੀ ਦੇਣੀ ਕਹਿ ਦੇਣ, ਉੱਚੀ ਦੇਣੀ ਭਾਵੇਂ ਨਾ ਕਹਿਣ, ਮੋਦੀ ਸਾਹਿਬ ਨੂੰ ਕਹਿ ਦੇਣ ਜਾ ਕੇ ਵੀ ਭਾਈ ਅਸੀਂ ਨੀ ਪਾਣੀ ਦੀ ਇੱਕ ਬੂੰਦ ਵੀ ਦਿੰਦੇ, ਰਿਪੇਰੀਅਨ ਸਿਧਾਂਤ ਦੇ ਮੁਤਾਬਕ ਮਸਲਾ ਹੱਲ ਕਰੋ, ਉਹ ਨੀ ਕਹਿਣਾ। ਸਿਰਫ ਅਖਬਾਰਾਂ 'ਚ ਸੁਰਖੀਆਂ ਬਣਾਉਣੀਆਂ, ਕਿਉਂਕਿ ਸਧਾਰਨ ਬੰਦਾ ਜਿਹੜਾ ਹੈ ਨਾ ਜੀ, ਉਹ ਸੋਚਦਾ ਬਹੁਤਾ ਨੀ ਹੁੰਦਾ, ਉਹਨੂੰ ਲੱਗਦਾ ਵੀ ਬਾਦਲ ਸਾਹਿਬ ਨੇ ਤਾਂ ਕਮਾਲ ਕਰਤੀ, ਅਰੁਣ ਜੇਟਲੀ ਦੇ ਸਾਹਮਣੇ ਆਹ ਗੱਲਾਂ ਕਹਿਤੀਆਂ, ਅਮਿਤ ਸ਼ਾਹ ਦੇ ਸਾਹਮਣੇ ਆਹ ਗੱਲਾਂ ਕਹਿਤੀਆਂ, ਪਰ ਇਹ ਗੱਲਾਂ ਹੀ ਹੈ, ਪ੍ਰੈਕਟਿਸ 'ਚ ਨਹੀਂ ਹੈ, ਅਮਲੀ ਰੂਪ 'ਚ ਨਹੀਂ ਹੈ। ਅਮਲੀ ਰੂਪ 'ਚ ਤਾਂ ਇਹਨਾਂ ਮੁੱਦਿਆਂ ਨੂੰ ਜਿਉਂਦਿਆਂ ਰੱਖਣਾ, ਜਿੱਦਾਂ ਮੈਂ ਜ਼ਿਕਰ ਕੀਤਾ ਇੱਕ ਲਫ਼ਜ਼ ਵੀ ਇਹ ਚੋਣਾਂ ਦੇ ਛੁਣਸਣੇ ਵੱਜਦੇ ਰਹਿਣੇ ਚਾਹੀਦੇ, ਤਾਂ ਹੀ ਵੋਟਾਂ ਦੀ ਭਾਰੀ ਫਸਲ ਹੋਊਗੀ। ਵੋਟਾਂ ਦੀ ਭਾਰੀ ਫਸਲ ਨੂੰ ਕੱਟਣ ਵਾਸਤੇ ਚੋਣਾਂ ਦੇ ਵਿੱਚ ਇਹ ਜਿਹੜੇ ਪੰਜਾਬੀ ਪਾਰਟੀਆਂ ਦੇ ਮੁੱਦੇ ਆ, ਪੰਜਾਬੀ ਬੋਲੀ ਦੇ ਮੁੱਦੇ ਆ, ਚੰਡੀਗੜ੍ਹ ਦੇ ਮੁੱਦੇ ਛੁਣਸਣੇ ਛਣਕਦੇ ਰਹਿਣੇ ਚਾਹੀਦੇ ਆ, ਤਾਂ ਵੋਟਾਂ ਦੀ ਭਾਰੀ ਫਸਲ ਕੱਟੀ ਜਾਊਗੀ। ਇਹੀ ਮਨਸ਼ਾ ਹੈ, ਹੋਰ ਕੋਈ ਮਨਸ਼ਾ ਨਹੀਂ ਹੈ। ਸੱਚ ਇਹ ਹੈ ਵੀ ਅਮਲੀ ਰੂਪ ਦੇ ਵਿੱਚ ਪੰਜਾਬ ਨੂੰ ਐਡੇ ਬਣਾ ਕੇ ਰੱਖਣਾ ਚਾਹੁੰਦੇ ਹੈ, ਤਾਂ ਜੋ ਪੰਜਾਬ ਦੇ ਵਿੱਚ ਆਪਣੀ ਸਤਾ ਜਿਹੜੀ ਹੈ ਉਹਨੂੰ ਬਰਕਰਾਰ ਰੱਖਿਆ ਜਾ ਸਕੇ, ਸਤਾ ਨਾ ਵੀ ਮਿਲੇ ਸਤਾ ਦੇ ਨੇੜੇ ਨੇੜੇ ਰਿਹਾ ਜਾ ਸਕੇ, ਇਹ ਸਾਰੇ ਜੁਗਾੜ ਇਸ ਤਰ੍ਹਾਂ ਦੇ ਕੀਤੇ ਜਾ ਰਹੇ ਨੇ ਜੀ। ਤੇ ਅਗਲੀ ਆਪਾਂ ਗੱਲ ਕਰੀਏ ਸੁਸ਼ੀਲ ਜੀ ਨਵਜੋਤ ਸਿੱਧੂ ਦੀ। ਇਹ ਤਾਂ ਇੱਕ ਕਹਿੰਦੇ ਹਾਸੋਹੀਣੀ ਗੱਲ ਹੀ ਹੈਗੀ ਆ ਕਿ ਪਹਿਲਾਂ ਤਾਂ ਉਹ ਆਪ ਆਪਣਾ ਮੁੱਲ ਵਧਾਉਂਦੇ ਸੀਗੇ, ਤਾਂ ਹੁਣ ਸਾਰੀਆਂ ਪਾਰਟੀਆਂ ਨੇ ਹੀ ਉਹਨਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਆ, ਤੇ ਹੁਣ ਆਮ ਆਦਮੀ ਪਾਰਟੀ ਦੇ ਵੀ ਬਿਆਨ ਇਸ ਤਰ੍ਹਾਂ ਦੇ ਹੀ ਆ। ਦੇਖੋ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਇੰਨਾ ਜ਼ਿਆਦਾ ਅਸੀਂ ਡਿਸਕਸ ਕਰ ਲਿਆ ਕਿ ਕੀ ਗੱਲ ਕਰੀਏ ਹੋਰ, ਮੈਨੂੰ ਤਾਂ ਕਈ ਵਾਰੀ ਸਮਝ ਨੀ ਆਉਂਦੀ ਵੀ ਨਵਜੋਤ ਸਿੰਘ ਸਿੱਧੂ ਨੇ ਇੰਨੀ ਹਾਈ ਪਿੱਚ ਤੇ ਜਾ ਕੇ, ਜਿੱਦਾਂ ਉਹਨਾਂ ਨੇ ਹਾਈ ਪਿੱਚ ਤੇ ਪਹੁੰਚ ਕੇ ਜਿਹੜਾ ਆਪਣਾ ਜਿਹੜਾ ਰਾਜਨੀਤਿਕ ਕੈਰੀਅਰ ਜਿਹੜਾ ਬਣਾਇਆ ਸੀ ਉਹਨੂੰ ਅਚਾਨਕ ਹੀ ਕਿਵੇਂ ਸਮੇਟ ਲਿਆ ਆਪੇ ਹੀ, ਇਹਦੀ ਤੇ ਹੈਰਾਨੀ ਹੁੰਦੀ ਹੈ ਵੀ ਇੰਨੇ ਕੱਚੇ ਖਿਡਾਰੀ ਨਿਕਲੇ ਉਹ। ਜਿਹੜੇ ਸਿਮਰਜੀਤ ਬੈਂਸ ਜਾਂ ਬੈਂਸ ਭਰਾ ਹੈਗੇ ਲੁਧਿਆਣੇ ਵਾਲੇ ਜਾਂ ਪ੍ਰਗਟ ਸਿੰਘ ਹੋਣੀ, ਉਹਨਾਂ ਨੇ ਤਾਂ ਯਕੀਨ ਪ੍ਰਗਟ ਕੀਤਾ ਸੀ ਵੀ ਹਾਂ ਨਵਜੋਤ ਸਿੰਘ ਸਿੱਧੂ ਸਾਡੇ ਲੀਡਰ ਹੈ, ਤੇ ਆਪ ਵੀ ਕਿਤੇ ਜਿੱਥੇ ਜਾਣਗੇ ਸਹੀ ਥਾਂ ਤੇ ਜਾਣਗੇ, ਸਾਰੀ ਬੇੜੀ ਪਾਰ ਲਾ ਦੇਣਗੇ। ਆਪਣੀ ਬੇੜੀ ਤਾਂ ਕੀ ਪਾਰ ਲਾਉਣੀ ਨਵਜੋਤ ਸਿੰਘ ਸਿੱਧੂ ਨੇ, ਉਹਨਾਂ ਨੇ ਤਾਂ ਬੈਂਸ ਭਰਾਵਾਂ ਦੀ ਬੇੜੀ ਤੇ ਪ੍ਰਗਟ ਸਿੰਘ ਦੀ ਬੇੜੀ ਚ ਵੱਟੇ ਪਾ ਕੇ ਆ। ਨੰਬਰ ਇੱਕ ਗੱਲ ਤਾਂ ਇਹ ਹੈ ਕਿ ਇਸ ਸਾਰੇ ਐਪੀਸੋਡ ਨੇ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਹਵਾਲੇ ਨਾਲ ਵਾਪਰਿਆ ਹੈ ਜਾਂ ਵਾਪਰ ਰਿਹਾ, ਇੱਕ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਰਾਜਨੀਤੀ ਦੇ ਵਿੱਚ ਸਿਰਫ ਤੇ ਸਿਰਫ ਅੱਜ ਦੀ ਤਰੀਕ ਦੇ ਵਿੱਚ ਮੌਕਾ ਪ੍ਰਸਤੀ ਰਹਿ ਗਈ ਹੈ, ਸਿਧਾਂਤਕ ਤੌਰ ਤੇ ਦੀਵਾਲਾ ਨਿਕਲ ਗਿਆ ਸਾਰੀਆਂ ਪਾਰਟੀਆਂ ਦਾ। ਨਵਜੋਤ ਸਿੰਘ ਸਿੱਧੂ ਦੇ ਨਾ ਤਾਂ ਹੁਣ ਪੈਰ ਜ਼ਮੀਨ 'ਚ ਨੇ ਤੇ ਨਾ ਉਹ ਆਕਾਸ਼ ਵਿੱਚ ਉੱਡ ਪਾ ਰਹੇ ਨੇ, ਵਿੱਚ ਵਿਚਾਲੇ ਫਸੇ ਹੋਏ ਨੇ, ਤ੍ਰਿਸ਼ੰਕੂ ਬਣੇ ਹੋਏ ਨੇ। ਕਦੀ ਸੌਦੇਬਾਜ਼ੀ ਕਾਂਗਰਸ ਦੇ ਨਾਲ ਵੀ ਸਾਨੂੰ 10 ਸੀਟਾਂ ਦੇ ਦਿਓ, ਨਾਲ ਡਿਪਟੀ ਸੀਐਮ ਮੰਨ ਲਓ, ਇਸ ਤੋਂ ਵੀ ਪਹਿਲਾਂ ਕਦੀ ਕਾਂਗਰਸ ਨੂੰ ਕਹਿਤਾ ਕਿ ਸਾਨੂੰ ਤਾਂ ਕੈਪਟਨ ਨੂੰ ਸਾਈਡ ਲਾਈਨ ਤੇ ਕਰ ਦਿਓ, ਫਿਰ ਅਸੀਂ ਆ ਜਾਂਦੇ ਹਾਂ। ਤੇ ਕੈਪਟਨ ਹੋਰੀ ਕਿਹੜੇ ਕੁਛ ਸਧਾਰਨ ਆਗੂ ਨੇ, ਉਹ ਵੀ ਹੜੇ ਵਰਤੇ ਆਗੂ ਨੇ, 3.5 ਸਾਲ ਦੀ ਲਗਾਤਾਰ ਆਪਣੀ ਪਾਰਟੀ ਦੇ ਅੰਦਰ ਲੜਾਈ ਲੜ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਕਿਸਮ ਦੀ ਪਟਕਣੀ ਦੇ ਕੇ ਕੈਪਟਨ ਅਮਰਿੰਦਰ ਨੇ ਦੁਬਾਰਾ ਪ੍ਰਧਾਨਗੀ ਹਾਸਲ ਕੀਤੀ ਹੈ, ਤੇ ਕੈਪਟਨ ਅਮਰਿੰਦਰ ਇੰਨੀ ਛੇਤੀ ਗੱਲ ਮੰਨ ਜਾਂਦੇ, ਹਾਂ ਵੀ ਮੈਂ ਪਾਸੇ ਹੋ ਇਹਨਾਂ ਜੀ ਆ ਜਾਓ ਜੀ, ਨਵਜੋਤ ਸਿੰਘ ਸਿੱਧੂ ਜੀ ਤੁਹਾਡਾ ਸਵਾਗਤ ਹੈ। ਕੈਪਟਨ ਅਮਰਿੰਦਰ ਨੇ ਜੋ ਝਟਕੇ ਦਿੱਤੇ ਤੇ ਜਦੋਂ ਇਹ ਸਾਫ਼ ਕਰ ਦਿੱਤਾ ਵੀ ਭਾਈ ਜੇ ਕਾਂਗਰਸ ਚੋਣ ਹੈ ਤੇ ਬਿਨਾਂ ਸ਼ਰਤ ਆਉਣਾ ਪਊਗਾ, ਅਨਕੰਡੀਸ਼ਨਲ ਕੰਡੀਸ਼ਨ ਲਾ ਕੇ ਨੀ ਆ ਸਕਦੇ ਤੁਸੀਂ, ਇੱਕ ਵਾਰ ਫੇਰ ਆਮ ਆਦਮੀ ਪਾਰਟੀ ਵੱਲ ਨਵਜੋਤ ਸਿੰਘ ਸਿੱਧੂ, ਉੱਥੇ ਵੀ ਸੌਦੇਬਾਜ਼ੀ ਵੀ ਨਹੀਂ, ਮੈਨੂੰ ਤਾਂ ਡਿਪਟੀ ਸੀਐਮ ਬਣਾਓ ਜੀ, ਮੈਨੂੰ ਆਪਣਾ ਡਿਪਟੀ ਸੀਐਮ ਦਾ ਕੈਂਡੀਡੇਟ ਬਣਾਓ ਤੇ ਸਾਨੂੰ ਵੀ 10 ਸੀਟਾਂ ਦਿਓ ਜਾਂ 8 ਸੀਟਾਂ ਦਿਓ। ਔਰ ਉਹ ਪਾਰਟੀ ਨੇ, ਆਮ ਆਦਮੀ ਪਾਰਟੀ ਨੇ
ਇੱਕ ਸਿਧਾਂਤ ਆਪਣਾ ਬਣਾਇਆ ਹੋਇਆ, ਭਾਵੇਂ ਸਿਧਾਂਤਹੀਣ ਹੈ ਇਸ ਵੇਲੇ ਸਾਰੀ ਰਾਜਨੀਤੀ ਭਾਰਤ ਦੀ, ਪਰ ਉਹਨਾਂ ਨੇ ਆਦਰਸ਼ਕ ਇੱਕ ਅਪਰੋਚ ਬਣਾਉਂਦਿਆਂ ਹੋਇਆ ਇੱਕ ਮਾਹੌਲ ਜਿਹਾ ਜ਼ਰੂਰ ਏਦਾਂ ਦਾ ਬਣਾਇਆ ਸੀ, ਤੇ ਉਹਦੇ ਤੇ ਉਹ ਕਾਇਮ ਵੀ ਰਹੇ ਵੀ ਹਾਂ ਵੀ ਨੰਬਰ ਇੱਕ ਤਾਂ ਇੱਕ ਪਰਿਵਾਰ ਦੇ ਦੋ ਜਾਣੇ ਨੂੰ ਅਸੀਂ ਟਿਕਟ ਨਹੀਂ ਦੇਣੀ, ਨੰਬਰ ਦੋ ਤੁਸੀਂ ਕਹੋ ਵੀ ਹਾਂ ਵੀ ਮੈਨੂੰ ਕੋਈ ਕੈਂਡੀਡੇਟ ਅਨਾਊਂਸ ਕਰੋ, ਉਹ ਨੀ ਹੋਣਾ। ਇਹ ਪਹਿਲਾਂ ਤਾਂ ਵਿੱਚ ਵਿਚਾਲੇ ਮੰਨ ਵੀ ਗਏ, ਸੰਜੇ ਸਿੰਘ ਨੇ ਏਦਾਂ ਦੀ ਗੱਲ ਵੀ ਥੋੜੀ ਬਹੁਤ ਸੰਕੇਤ ਦੇ ਦਿੱਤੇ, ਪਰ ਅੱਜ ਜਰਨੈਲ ਸਿੰਘ ਦਾ ਬਿਆਨ ਆ ਗਿਆ, ਜਿਹੜੇ ਕੋ ਇੰਚਾਰਜ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ, ਉਹਨਾਂ ਨੇ ਕਹਿ ਤਾ ਦਿੱਲੀ ਤੋਂ MLA ਆ, ਉਹਨਾਂ ਨੇ ਕਹਿ ਤਾ ਵੀ ਸੰਜੇ ਸਿੰਘ ਹੋਰਾਂ ਨਾਲ ਕੀ ਗੱਲ ਹੋਈ, ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਆ, ਪਰ ਮੈਂ ਹੁਣ ਪੰਜਾਬ ਚ ਘੁੰਮਣਾ ਤੇ ਮੈਂ ਤਾਂ ਸਾਫ਼ ਤੌਰ ਤੇ ਕਹਿ ਦਿੱਤਾ ਵੀ ਸਿੱਧੂ ਦੇ ਕਰਕੇ, ਨਵਜੋਤ ਸਿੰਘ ਸਿੱਧੂ ਕਰਕੇ ਜਿਹੜੇ ਸਾਡੇ ਪਾਰਟੀ ਦੇ ਸਿਧਾਂਤ, ਉਹਨਾਂ ਨਾਲ ਕੋਈ ਸਮਝੌਤਾ ਨੀ ਹੋਣਾ। ਮੈਂ ਸਮਝਦਾ ਜੇ ਇਹ ਸਟੈਂਡ ਲਿਆ ਜਰਨੈਲ ਸਿੰਘ ਨੇ, ਤੇ ਇਹ ਸਟੈਂਡ ਸੱਚਮੁੱਚ ਆਮ ਆਦਮੀ ਪਾਰਟੀ ਜਿਹੜੀ ਸਮੁੱਚੇ ਰੂਪ ਚ ਲੈ ਲਵੇ, ਤਾਂ ਆਮ ਆਦਮੀ ਪਾਰਟੀ ਦਾ ਭਲਾ ਹੋਏਗਾ। ਨਵਜੋਤ ਸਿੰਘ ਸਿੱਧੂ ਦੀਆਂ ਮੌਕਾ ਪ੍ਰਸਤ ਜਿਹੜੀਆਂ ਉਲਟ ਆਵਾਜ਼ੀਆਂ ਹੈਗੀਆਂ, ਉਹਨਾਂ ਨੂੰ ਪ੍ਰਵਾਨ ਕਰਦੇ ਆ, ਜੇ ਆਮ ਆਦਮੀ ਪਾਰਟੀ ਨੇ ਕੁਝ ਸ਼ਰਤਾਂ ਉਹਨਾਂ ਦੀਆਂ ਮੰਨ ਕੇ ਉਹਨਾਂ ਨੂੰ ਸ਼ਾਮਿਲ ਕਰ ਲਿਆ ਜਾਂ ਉਹਨਾਂ ਨੂੰ ਸਮਝੌਤਾ ਕਰ ਲਿਆ, ਇਹ ਆਤਮ ਘਾਤੀ ਹੋਏਗਾ। ਜਰਨੈਲ ਸਿੰਘ ਨੇ ਉਮੀਦ ਪ੍ਰਗਟ ਕਰਵਾਈ ਹੈ ਵੀ ਇਹ ਆਤਮਘਾਤੀ ਕਦਮ ਆਮ ਆਦਮੀ ਪਾਰਟੀ ਨਹੀਂ ਚੱਕੇਗੀ। ਜੇ ਸੱਚਮੁੱਚ ਇਹ ਹੁੰਦਾ ਹੈ, ਏਦਾਂ ਹੁੰਦਾ ਹੈ, ਤਾਂ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜਿਹੜੀ ਇੱਕ ਗਲਤੀ ਕਰਨ ਜਾ ਰਹੀ ਸੀ, ਜਿਹਦੀ ਸੰਭਾਵਨਾ ਬਣ ਰਹੀ ਸੀ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਲੈ ਹੀ ਲਿਆ ਜਾਏ, ਉਹਦੀਆਂ ਸ਼ਰਤਾਂ ਵੀ ਕੁਝ ਮੰਨ ਲਈਆਂ ਜਾਣ, ਉਹ ਗਲਤੀ ਤੋਂ ਬਚ ਜਾਏਗੀ ਆਮ ਆਦਮੀ ਪਾਰਟੀ, ਤਾਂ ਪੰਜਾਬ ਦੇ ਵਿੱਚ ਭਵਿੱਖ ਆਮ ਆਦਮੀ ਪਾਰਟੀ ਦਾ ਰੋਸ਼ਨ ਰਹੇਗਾ। ਨਵਜੋਤ ਸਿੰਘ ਸਿੱਧੂ ਵਰਗੇ ਵਿਅਕਤੀ ਨੂੰ, ਮੌਕਾ ਪ੍ਰਸਤੀ ਰਾਜਨੀਤੀ ਦਾ ਜਿਹੜਾ ਮਹਾਰਥੀ ਹੈ ਇਸ ਵੇਲੇ, ਉਹਨੂੰ ਕੋਈ ਵੀ ਪਾਰਟੀ ਜਦੋਂ ਆਪਣੇ ਚ ਲਏਗੀ, ਉਹਦਾ ਕੋਈ ਟੈਂਪਰੇਰੀ ਲਾਭ ਤਾਂ ਥੋੜਾ ਬਹੁਤ ਹੋ ਸਕਦਾ ਹੈ, ਸਮੁੱਚੇ ਰੂਪ ਦੇ ਵਿੱਚ ਉਹਦਾ ਬੁਰਾ ਪ੍ਰਭਾਵ ਪਏਗਾ ਤੇ ਆਉਣ ਵਾਲੇ ਸਮੇਂ ਚ ਪਾਰਟੀ ਦੇ ਅੰਦਰ ਇੱਕ ਨਵੀਂ ਕਿਸਮ ਦੀ ਧੜੇਬੰਦੀ ਨੂੰ ਉਭਾਰਨ ਚ ਉਹ ਜ਼ਰੂਰ ਸਹਾਈ ਹੋ ਸਕਦਾ, ਇਸ ਤੋਂ ਵੱਧ ਕੁਛ ਨਹੀਂ। ਅੱਜ ਜੀ, ਤੇ ਅਗਲੀ ਗੱਲ ਕਰਦੇ ਹਾਂ ਆਪਾਂ, ਮੇਲਾ ਗਦਰੀ ਬਾਬਿਆਂ ਦਾ ਹੋਇਆ ਤੇ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ? ਦੇਖੋ, ਸਾਡੇ ਮੇਲਿਆਂ ਦਾ ਵੀ ਇੱਕ ਕਲਚਰ ਹੈ, ਰਵਾਇਤ ਹੈ, ਇੱਕ ਜਿਹੜੇ ਪੇਂਡੂ ਮੇਲੇ ਸਾਡੇ ਲੱਗਦੇ ਹੈ ਉਹਨਾਂ ਦੀ ਇੱਕ ਪਰੰਪਰਾ ਤੁਰੀ ਆਉਂਦੀ ਹੈ, ਫਿਰ ਖੇਡ ਮੇਲਿਆਂ ਦਾ ਇੱਕ ਇੱਕ ਪਰੰਪਰਾ ਸਾਡੇ ਕੋਲ ਹੈਗੀ ਹੈ। ਉਹਨਾਂ ਮੇਲਿਆਂ ਦੀਆਂ ਸਾਰਿਆਂ ਮੇਲਿਆਂ ਦੀਆਂ ਜਾਂ ਜਿਹੜੇ ਧਾਰਮਿਕ ਮੇਲੇ ਵੀ ਲੱਗਦੇ ਹੈ, ਜਿਹੜੇ ਹੌਲੀ ਹੌਲੀ ਰਾਜਸੀ ਦੰਗਲ ਦਾ ਰੂਪ ਅਖਤਿਆਰ ਕਰ ਜਾਂਦੇ ਹੈ, ਉਹਨਾਂ ਦੀ ਸਾਰਿਆਂ ਦੀ ਆਪੋ ਆਪਣੀ ਮਹੱਤਤਾ ਵੀ ਹੈ, ਆਪੋ ਆਪਣੇ ਡਰਾਬੈਕਸ ਵੀ ਹੈ, ਆਪੋ ਆਪਣੀਆਂ ਜਿਹੜੀਆਂ ਇੱਕ ਪਰੰਪਰਾਵਾਂ ਨੂੰ ਨਿਭਾਉਣ ਦੀ ਰਸਮ ਵੀ ਹੈ। ਪਰ ਜਿਹੜਾ ਗਦਰੀ ਬਾਬਿਆਂ ਦਾ ਮੇਲਾ ਲੱਗਦਾ ਹੈ ਜਲੰਧਰ ਦੇ ਵਿੱਚ, ਉਹਦੀ ਜਿਹੜੀ ਸੁਰ ਹੈ ਉਹ ਬਾਕੀ ਮੇਲਿਆਂ ਤੋਂ ਬਿਲਕੁਲ ਸਿੱਖਤੀ ਤੌਰ ਦੇ ਉੱਤੇ ਵੱਖਰੀ ਹੈ, ਕਿਉਂਕਿ ਉਹ ਮੇਲਾ ਉਸ ਕਿਸਮ ਦਾ ਮੌਜ ਮੇਲੇ ਵਾਲਾ ਮੇਲਾ ਨਹੀਂ ਹੁੰਦਾ, ਜਿਹੜੇ ਆਮ ਤੌਰ ਤੇ ਬਾਕੀ ਮੇਲੇ ਮੌਜ ਮੇਲੇ ਵਾਲੇ ਹੁੰਦੇ ਆ। ਤੇ ਇਹ ਮੇਲਾ ਜਿਹੜਾ ਆ, ਇਹ ਇੱਕ ਆਈਡੀਓਲੋਜੀਕਲ ਇੱਕ ਰੂਪ ਅਖਤਿਆਰ ਕਰਦਾ ਮੇਲਾ ਜਲੰਧਰ ਜਿਹੜਾ ਲੱਗਦਾ ਹੈ। ਅੱਜ ਤੋਂ 25 ਸਾਲ ਪਹਿਲਾਂ ਇੱਕ ਛੋਟਾ ਜਿਹਾ ਸਮਾਗਮ ਇੱਕ ਦਿਨ ਦਾ ਰੱਖਿਆ ਗਿਆ ਸੀ, ਤੇ ਅੱਜ ਉਹ 5 ਦਿਨ ਦੇ ਮੇਲੇ ਚ ਤਬਦੀਲ ਹੋ ਗਿਆ। ਐਤਕਾ ਉਹ 5 ਦਿਨ ਨਹੀਂ ਹੋਇਆ ਮੇਲਾ, ਕਿਉਂਕਿ ਬੰਦੀ ਛੋੜ ਦਿਵਸ ਆ ਗਿਆ, ਦੀਵਾਲੀ ਆ ਗਈ, ਤੇ ਇਸ ਕਰਕੇ ਜਿਹੜਾ 28 ਤਰੀਕ ਨੂੰ ਸ਼ੁਰੂ ਹੁੰਦਾ ਅਕਸਰ ਮੇਲਾ, ਐਤਕਾ 31 ਤਰੀਕ ਨੂੰ ਹੋਇਆ, ਯਾਨੀ 2 ਦਿਨ ਦਾ 2.5 ਦਿਨ ਦਾ ਮੇਲਾ ਇਹ। ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਮੇਲਾ ਆਪਣੀ ਅੰਤਮ ਸਿਖਰਾਂ ਛੋਹ ਰਿਹਾ, ਤੇ ਇਸ ਵੇਲੇ ਸਰਗੀ ਕਹਿ ਲਓ ਹੈਗੀ ਸਾਡੇ ਇੱਥੇ, ਤੇ ਉਹ ਮੇਲਾ ਵਿਛੜ ਰਿਹਾ ਅਗਲੇ ਸਾਲ ਫਿਰ ਤੋਂ ਮਿਲਣ ਵਾਸਤੇ। 5 ਨਾਟਕ ਰਾਤੀ ਖੇਡੇ ਗਏ ਹਨ। ਇਸ ਤੋਂ ਜ਼ਿਆਦਾ ਜਿਹੜੀ ਮਹੱਤਵਪੂਰਨ ਗੱਲ ਇਹ ਸੀ ਕਿ 3 ਬਹੁਤ ਹੀ ਮਹੱਤਵਪੂਰਨ ਬੁਲਾਰੇ ਬੁਲਾਏ ਗਏ ਉੱਥੇ, ਕਨ੍ਹੱਈਆ ਕੁਮਾਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ, ਤੇ ਉਮਰ ਖਾਲਿਦ ਤੇ ਅਰਨਵਿਆਨ। ਇਹਦੇ ਚੋਂ ਕਨ੍ਹੱਈਆ ਕੁਮਾਰ ਤੇ ਉਮਰ ਖਾਲਿਦ ਦਾ ਭਾਸ਼ਣ ਮੈਂ ਸੁਣਿਆ, ਕਨ੍ਹੱਈਆ ਕੁਮਾਰ ਨੂੰ ਉੱਥੇ ਲਾਈਵ ਸੁਣਿਆ ਮੈਂ ਜਲੰਧਰ ਚ ਖੁਦ ਬੈਠ ਕੇ, ਤੇ ਜਿਹੜਾ ਉਮਰ ਖਾਲਰ ਉਹਨੂੰ ਮੈਂ ਸ਼ਾਮ ਘਰ ਆ ਕੇ ਲਾਈਵ ਇੱਕ ਚੈਨਲ ਤੇ ਚੱਲ ਰਿਹਾ ਸੀ ਉਹ ਸਾਰਾ ਪ੍ਰੋਗਰਾਮ, ਤੇ ਉਹਦੇ ਤੇ ਸੁਣਿਆ। ਉਹ ਸੁਰ ਜਿਹੜੀ ਵੱਖਰੀ ਦੀ ਮੈਂ ਗੱਲ ਕਰਦਾ, ਉਹ ਸੁਰ ਇਸ ਤਰ੍ਹਾਂ ਵੱਖਰੀ ਹੈ ਵੀ ਨੰਬਰ 1 ਤਾਂ ਇਹ ਮੇਲਾ ਜਿਹੜਾ ਆ ਕਿਸੇ ਇੱਕ ਖਾਸ ਧਿਰ ਦਾ ਮੇਲਾ ਨਹੀਂ ਬਣਦਾ, ਇਹ ਸਾਰੇ ਲੋਕ ਜਿਹੜੇ ਕਿਤੇ ਨਾ ਕਿਤੇ ਸਤਾਏ ਹੋਏ ਦੁਖੀ ਲੋਕ ਹੈ, ਤੇ ਜਿਹੜੇ ਗਦਰੀ ਬਾਬਿਆਂ ਦੇ ਪ੍ਰਸੰਗ ਨੂੰ ਨਾਲ ਆਪਣੇ ਰੱਖਦੇ ਆ, ਗਦਰੀ ਬਾਬਿਆਂ ਦੀ ਜਿਹੜੀ ਲੜਾਈ 100 ਸਾਲ ਦੀ, 103 ਸਾਲ ਹੋ ਗਏ ਗਦਰ ਪਾਰਟੀ ਦੇ ਜਨਮ ਹੋਏ ਨੂੰ, ਤੇ ਉਹ 103 ਸਾਲਾਂ ਦੇ ਵਿੱਚ ਜੋ ਕੁਝ ਵੀ ਹੋਇਆ ਗਦਰੀ ਬਾਬਿਆਂ ਦੀ ਵਿਚਾਰਧਾਰਾ ਦੇ ਪ੍ਰਸੰਗ ਦੇ ਵਿੱਚ ਵੀ, ਤੇ ਉਹ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਦੀ ਜਿਹੜੀ ਗੱਲ ਹੈ, ਲੋਕ ਮੁਕਤੀ ਦੀ ਜਿਹੜੀ ਵਿਚਾਰਧਾਰਾ, ਕਿਸੇ ਇੱਕ ਖਾਸ ਪਾਰਟੀ ਦੀ ਵਿਚਾਰਧਾਰਾ ਨਹੀਂ, ਪਰ ਲੋਕਾਂ ਦੀ ਮੁਕਤੀ ਦੀ ਜਿਹੜੀ ਵਿਚਾਰਧਾਰਾ ਹੈ, ਦੁਨੀਆਂ ਭਰ ਦੇ ਜਿਹੜੇ ਗੁਲਾਮ ਕੌਮ ਹੈ ਉਹਨਾਂ ਦੀ ਮੁਕਤੀ ਦੀ ਜਿਹੜੀ ਵਿਚਾਰਧਾਰਾ ਹੈ ਗਦਰੀ ਬਾਬਿਆਂ ਦੀ, ਉਹਨੂੰ ਅੱਗੇ ਤੋਰਨ ਦੀ ਗੱਲ ਜਿਹੜੀ ਹੈ ਇਹਨਾਂ 3 ਬੁਲਾਰਿਆਂ ਨੇ ਵੀ ਕੀਤੀ ਹੈ, ਉਹਨਾਂ ਦੇ ਹਵਾਲੇ ਦੇ ਕੇ। ਤੇ ਅੱਜ ਦੇਸ਼ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਹੋਇਆਂ, ਅੱਜ ਜਦੋਂ ਦੇਸ਼ ਤੇ ਨਰਿੰਦਰ ਮੋਦੀ ਦੀ ਸਰਕਾਰ ਹੈ, 2.5 ਸਾਲਾਂ ਤੋਂ
ਜੋ ਅੱਛੇ ਦਿਨ ਆਉਣ ਦੇ ਨਾਅਰੇ ਦਿੱਤੇ ਗਏ ਸੀ ਉਹ ਅੱਛੇ ਦਿਨ ਕਿਹਦੇ ਆਏ ਆ ਇਹ ਚਰਚਾ ਹੋਈ ਹੈ ਇਸ ਮੇਲੇ ਦੇ ਵਿੱਚ ਚਾਹੇ ਉਹ ਘਨੱਈਆ ਕੁਮਾਰ ਬੋਲਿਆ ਚਾਹੇ ਉਹ ਬਰਖਾਲਿਦ ਬੋਲਿਆ ਜਾਂ ਬਾਕੀ ਬੁਲਾਰੇ ਵੀ ਬੋਲੇ ਉਹਨਾਂ ਨੇ ਇਹ ਚਰਚਾ ਕੀਤੀ ਹੈ ਕਿ ਅੱਛੇ ਦਿਨ ਤਾਂ ਜ਼ਰੂਰ ਆਏ ਨੇ ਦੇਸ਼ ਵੀ ਬਦਲ ਰਿਹਾ ਅੱਛੇ ਦਿਨ ਪਰ ਆਏ ਕਿਹਦੇ ਨੇ ਇਹਦੀ ਨਿਸ਼ਾਨਦੇਹੀ ਕਰਨ ਦੀ ਜ਼ਰੂਰਤ ਹੈ ਅੱਛੇ ਦਿਨ ਅਡਾਨੀਆਂ ਦੇ ਆਏ ਨੇ ਅੰਬਾਨੀਆਂ ਦੇ ਆਏ ਨੇ ਆਮ ਲੋਕਾਂ ਦੇ ਦਿਨ ਹੋਰ ਬੁਰੇ ਹੋ ਗਏ ਨੇ ਦੇਸ਼ ਬਦਲ ਰਿਹਾ ਦੇਸ਼ ਬਦਲ ਰਿਹਾ ਇਸ ਰੂਪ ਦੇ ਵਿੱਚ ਕਿ ਦੇਸ਼ ਨੂੰ ਇੱਕ ਰਾਸ਼ਟਰਵਾਦ ਤੋਂ ਅੱਗੇ ਵੀ ਜਾ ਕੇ ਇੱਕ ਅੰਧ ਰਾਸ਼ਟਰਵਾਦ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਮੇਲੇ 'ਚ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਬਾਕੀ ਮੇਲਿਆਂ ਦੇ ਵਿੱਚ ਮੌਜ ਮੇਲਾ ਹੁੰਦਾ ਇਸ ਮੇਲੇ 'ਚ ਵਿਚਾਰਧਾਰਕ ਗੱਲਾਂ ਹੋਈਆਂ ਆਈਡੀਓਲੋਜੀਕਲ ਚਰਚਾ ਹੋਈ ਹੈ ਤੇ ਫਿਰ ਉਸੇ ਆਈਡੀਓਲੋਜੀ ਦੇ ਆਧਾਰ ਤੇ ਗਦਰੀ ਬਾਬਾ ਦੀ ਆਈਡੀਓਲੋਜੀ ਜਿਹੜੀ ਦੁਨੀਆਂ ਨੂੰ ਸੁੰਦਰ ਬਣਾਉਣ ਦੀ ਆਈਡੀਓਲੋਜੀ ਹੈ ਸਾਰੀ ਦੁਨੀਆਂ ਨੂੰ ਇੱਕ ਖੂਬਸੂਰਤ ਧਰਤੀ ਜਿਹੜੀ ਹੈ ਉਹ ਬਣਾਉਣ ਦੀ ਜਿਹੜੀ ਆਈਡੀਓਲੋਜੀ ਹੈ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਦੀ ਜਿਹੜੀ ਆਈਡੀਓਲੋਜੀ ਹੈ ਉਸੇ ਆਈਡੀਓਲੋਜੀ ਦੇ ਆਧਾਰ ਤੇ ਜਿਹੜੇ 5 ਨਾਟਕ ਵੀ ਖੇਡੇ ਗਏ ਬਾਕੀ ਬੱਚਿਆਂ ਦੇ ਮੁਕਾਬਲੇ ਹੋਏ ਕਵੀ ਦਰਬਾਰ ਹੋਇਆ ਜਿਹਦਾ ਮੈਂ ਵੀ ਹਿੱਸਾ ਸੀ ਸੋ ਕਾਫੀ ਇੱਕ ਚੰਗਾ ਮਾਹੌਲ ਸਿਰਜਿਆ ਗਿਆ ਇਸ ਮੇਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੇਲੇ ਨੂੰ ਵੀ ਵਕਤ ਦੇ ਬਦਲਣ ਦੇ ਨਾਲ ਨਾਲ ਆਪਣੇ ਆਪਣੀ ਮਹਾਂਦਰੇ ਨੂੰ ਕਿਤੇ ਨਾ ਕਿਤੇ ਬਦਲਣਾ ਪਏਗਾ ਕਿਉਂਕਿ ਹੁਣ ਤੁਸੀਂ ਇੱਕ ਸਟੀਰੀਓਟਾਈਪ ਜਿਹੜੇ ਕੰਮ ਹੁੰਦੇ ਨੇ ਮੇਲੇ ਲੱਗ ਰਹੇ ਨੇ ਉਹਦੇ ਲਾਈਕ ਤੁਰੇ ਜਾਂਦੇ ਨੇ ਪਰ ਮੇਲਿਆਂ ਦੇ ਵਿੱਚ ਕੁਝ ਨਵਾਂਪਨ ਵੀ ਹੋਵੇ ਨਵੇਂ ਲੋਕਾਂ ਨੂੰ ਨਵੇਂ ਯੂਥ ਨੂੰ ਕਿੱਦਾਂ ਨਾਲ ਜੋੜਨਾ ਇਹ ਮੈਨੂੰ ਲੱਗਦਾ ਇੱਕ ਨਵੀਂ ਚੁਣੌਤੀ ਹੈ ਇਹਨਾਂ ਮੇਲਿਆਂ ਦੇ ਪ੍ਰਬੰਧਕਾਂ ਵਾਸਤੇ ਗਦਰੀ ਬਾਬੇ ਦੇ ਇਸ ਮੇਲੇ ਨੇ ਇੱਕ ਚੰਗਾ ਕੰਮ ਇਹ ਵੀ ਕੀਤਾ ਕਿ ਦੁਨੀਆ ਭਰ ਚ ਗਦਰੀ ਬਾਬੇ ਦੇ ਮੇਲੇ ਲੱਗਣ ਲੱਗ ਪਏ ਨੇ ਜਿੱਥੇ ਜਿੱਥੇ ਵੀ ਪੰਜਾਬੀ ਨੇ ਤੁਹਾਡੇ ਅਮਰੀਕਾ ਦੀ ਧਰਤੀ ਤੋਂ ਹੀ ਗਦਰ ਦੀ ਲਹਿਰ ਉੱਠੀ ਸੀ 1912-13 ਦੇ ਵਿੱਚ ਤੇ 8,000 ਅਮਰੀਕਾ ਤੇ ਕੈਨੇਡਾ ਤੋਂ ਪੰਜਾਬੀ ਵਾਪਸ ਆ ਗਏ ਸੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅੱਜ ਪ੍ਰਸੰਗ ਬਦਲ ਗਏ ਨੇ ਅੱਜ ਸਾਰਾ ਕੁਝ ਗਲੋਬਲ ਹੋ ਗਿਆ ਅੱਜ ਕਿਸੇ ਨੂੰ ਵਾਪਸ ਆਉਣ ਦੀ ਜ਼ਰੂਰਤ ਨਹੀਂ ਹੈ ਅੱਜ ਲੜਾਈ ਦਾ ਮੈਦਾਨ ਹਰ ਥਾਂ ਦੇ ਉੱਤੇ ਹੈ ਕਿਉਂਕਿ ਜਿਹੜਾ ਦੁਸ਼ਮਣ ਹੈ ਲੋਕਾਂ ਦਾ ਦੁਸ਼ਮਣ ਉਹ ਵੀ ਦਿਖਾਈ ਨਹੀਂ ਦੇ ਰਿਹਾ ਅੱਜ ਦੇਸ਼ ਸਾਡਾ ਜਿਹੜਾ ਭਾਰਤ ਹੈ ਇਹਨੂੰ ਗੁਲਾਮ ਮਾਨਸਿਕ ਤੌਰ ਤੇ ਆਰਥਿਕ ਤੌਰ ਤੇ ਜਿਹੜਾ ਬਣਾਈ ਜਾ ਰਿਹਾ ਉਹ ਫਿਜ਼ੀਕਲੀ ਸਾਡੇ ਸਾਹਮਣੇ ਥੋੜੋ ਆ ਉਹ ਤਾਂ ਤਾਰਾ ਕਿਤੋਂ ਹੋਰ ਹਿਲਾਉਂਦਾ ਏਦਾਂ ਹੀ ਲੜਾਈ ਦੇ ਮੈਦਾਨ ਵੀ ਹਰ ਥਾਂ ਦੇ ਉੱਤੇ ਹੈ ਤੁਸੀਂ ਜਿੱਥੇ ਕਿਤੇ ਵੀ ਉਹ ਸਾਨੂੰ ਸੁਣ ਰਹੇ ਹੋ ਤੁਸੀਂ ਉੱਥੇ ਲੜੋਗੇ ਕੋਈ ਨਿਊਜ਼ੀਲੈਂਡ 'ਚ ਲੜ ਰਿਹਾ ਕੋਈ ਆਸਟ੍ਰੇਲੀਆ 'ਚ ਲੜ ਰਿਹਾ ਹਰ ਬੰਦੇ ਦੀ ਲੜਾਈ ਹੈ ਲੜਾਈ ਦੂਜੀ ਗੱਲ ਲੜਾਈ ਅਸੀਂ ਤਾਂ ਜਾਤ ਤੇ ਧਰਮ ਦੀ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਵੀ ਇੱਥੇ ਬਹੁਤ ਕੁਝ ਜਾਤਾਂ 'ਚ ਵੰਡਿਆ ਧਰਮਾਂ 'ਚ ਵੰਡਿਆ ਇਸ ਕਰਕੇ ਲੜਾਈ ਜਿਹੜੀ ਆ ਉਹ ਖਿੰਡ ਜਾਂਦੀ ਹੈ ਦੁਨੀਆ ਭਰ ਦੇ ਵਿੱਚ ਜਿਹੜਾ ਸਧਾਰਨ ਬੰਦਾ ਉਹਦੀ ਕੋਈ ਜਾਤ ਨਹੀਂ ਹੈ ਉਹਦਾ ਕੋਈ ਧਰਮ ਨਹੀਂ ਹੈ ਉਹਦੀ ਇੱਕੋ ਜਾਤ ਹੈ ਮਨੁੱਖਤਾ ਤੇ ਉਸ ਮਨੁੱਖਤਾ ਦੇ ਉੱਤੇ ਦੁਨੀਆ ਭਰ ਦੇ ਆਮ ਮਨੁੱਖ ਦੇ ਉੱਤੇ ਹਮਲਾ ਹੈ ਉਸ ਹਮਲੇ ਨੂੰ ਪਛਾੜਨ ਵਾਸਤੇ ਗਲੋਬਲ ਪੱਧਰ ਤੇ ਜਿਹੜੀਆਂ ਲੜਾਈਆਂ ਲੜੀਆਂ ਜਾ ਰਹੀਆਂ ਹਰ ਬੰਦਾ ਜਿੱਥੇ ਕਿਤੇ ਵੀ ਉਸ ਲੜਾਈ ਦਾ ਹਿੱਸਾ ਬਣ ਸਕਦਾ ਅਸੀਂ ਇੱਥੇ ਬੈਠੇ ਹਿੱਸਾ ਤੁਸੀਂ ਉੱਥੇ ਬੈਠੇ ਹਿੱਸਾ ਹੋ ਸੋ ਗਦਰੀ ਬਾਬਿਆਂ ਦੇ ਮੇਲੇ ਦੇ ਇਸ ਕਿਸਮ ਦੇ ਸੁਨੇਹੇ ਦਿੱਤੇ ਹਾਂਜੀ ਤੇ ਆਪਾਂ ਅਖੀਰ ਦੇ ਵਿੱਚ ਅਗਲੀ ਗੱਲ ਕਰਦੇ ਹਾਂ ਕਿ ਜਿਹੜੇ ਪੁਲਿਸ ਦਾ ਮੁਕਾਬਲਾ ਹੋਇਆ ਆ ਪੁਲਿਸ ਮੁਕਾਬਲਾ ਜਿਹੜਾ ਉਹ ਸ਼ੱਕੀ ਨਜ਼ਰ ਆ ਰਿਹਾ ਜਿੱਥੇ ਕਹਿੰਦੇ ਕਿ ਅਸੀਂ 8 ਅੱਤਵਾਦੀ ਮਾਰੇ ਆ ਕੇਵਲ ਸ਼ੱਕੀ ਨਹੀਂ ਸੱਚਮੁੱਚ ਹੀ ਇਹ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਇੱਕ ਹਾਈ ਲੈਵਲ ਤੇ ਇੱਕ ਡਰਾਮਾ ਕੀਤਾ ਗਿਆ ਫਰਜ਼ੀ ਮੁਕਾਬਲਾ ਬਣਾਇਆ ਗਿਆ ਭੋਪਾਲ ਦੀ ਸੈਂਟਰਲ ਜੇਲ੍ਹ ਚੋਂ ਕਹਿੰਦੇ ਇਹ 8 ਸਿੰਮੀ ਦੇ ਦਹਿਸ਼ਤਗਰਦ ਇਹ ਦੌੜ ਗਏ ਸੀ ਤੇ 8 ਘੰਟੇ ਦੇ ਵਿੱਚ ਇਹ ਜਿਹੜਾ ਮੁਕਾਬਲਾ ਬਣਾ ਦਿੱਤਾ ਗਿਆ ਸ਼ੱਕ ਕਿਉਂ ਪਹਿਲਾਂ ਤਾਂ ਜਦੋਂ ਇਹ ਹਮਲਾ ਹੋਇਆ ਜਦੋਂ ਇਹ ਘਟਨਾ ਵਾਪਰੀ ਉਹ ਤੋਂ ਤੁਰੰਤ ਬਾਅਦ ਸ਼ਿਵਰਾਜ ਸਿੰਘ ਚੌਹਾਨ ਨੇ ਤੇ 4 ਜਿਹੜੇ ਅਫਸਰ ਜਿਹੜੇ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਿਹੜੇ ਜੇਲ੍ਹਾਂ ਦੇ ਅਫਸਰ ਸੀਗੇ ਉੱਥੇ ਉਹਨਾਂ ਨੂੰ ਲਾਈਨ ਅਪ ਕਰਕੇ ਯਾਨੀ ਸਸਪੈਂਡ ਕਰਤਾ ਤੁਰੰਤ ਬਾਅਦ ਇਹ ਐਕਸ਼ਨ ਹੋ ਗਿਆ ਤੇ 8 ਦੇ ਕਰੀਬ ਜਿਹੜੇ ਲੋਕ ਹੈ ਮਾਰੇ ਗਏ ਪ੍ਰੋਬਲਮ ਕਿੱਥੋਂ ਆਈ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਇਹ ਜਿਹੜੇ 8 ਜਾਣੇ ਸੀ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਸਧਾਰਨ ਕਹਿੰਦੇ ਇੱਕ ਚਾਕੂ ਦੀ ਮਦਦ ਨਾਲ ਉਹਨੇ ਇੱਕ ਗਾਰਡ ਦਾ ਗਲਾ ਜਿਹੜਾ ਵੱਢਿਆ ਤੇ ਉਹ ਫਰਾਰ ਹੋ ਗਏ ਪਹਿਲੀ ਗੱਲ ਤਾਂ ਜੀ ਉਹ ਦਹਿਸ਼ਤ ਕਰਦੇ ਆ 8 ਇਸ ਕਿਸਮ ਦੇ ਦਹਿਸ਼ਤ ਕਰਦੇ ਉਹਨਾਂ ਨੂੰ ਇਕੱਠਾ ਕਿਉਂ ਰੱਖਿਆ ਗਿਆ ਇੱਕ ਸਵਾਲ ਦੂਜੀ ਗੱਲ ਇਕੱਠਾ ਰੱਖਿਆ ਵੀ ਗਿਆ ਤੇ ਉਹ ਬਿਨਾਂ ਕਿਸੇ ਹਥਿਆਰ ਤੋਂ ਕਿੱਦਾਂ ਜੇਲ੍ਹ ਚੋਂ ਫਰਾਰ ਹੋ ਗਏ ਤੇ ਫਿਰ ਜਦੋਂ ਇਨਕਾਊਂਟਰ ਹੁੰਦਾ ਇਨਕਾਊਂਟਰ ਕਿੱਦਾਂ ਹੁੰਦਾ ਮੁਕਾਬਲਾ ਕਿੱਦਾਂ ਹੁੰਦਾ ਮੁਕਾਬਲਾ ਤਾਂ ਹੁੰਦਾ ਵੀ ਬਰਾਬਰ ਉਹਨਾਂ ਨੇ ਵੀ ਗੋਲੀਆਂ ਚਲਾਈਆਂ ਇਧਰੋਂ ਪੁਲਿਸ ਦੀ ਗੋਲੀ ਚਲਾਈ ਉਹਨਾਂ ਕੋਲ ਤਾਂ ਹਥਿਆਰ ਹੀ ਕੋਈ ਨਹੀਂ ਸੀ 73 ਬੰਦਿਆਂ ਦਾ ਮੁਕਾਬਲਾ ਕਿਵੇਂ ਬਣਾਇਆ ਜਾ ਸਕਦਾ ਕਿੱਦਾਂ ਦੱਸਿਆ ਜਾ ਸਕਦਾ ਵੀ ਹਾਂ ਮੁਕਾਬਲਾ ਹੈ ਉਹਨਾਂ ਕੋਲ ਕੋਈ ਹਥਿਆਰ ਨਹੀਂ ਜਦੋਂ ਵੀਡੀਓ ਸਾਹਮਣੇ ਆ ਗਈ ਹੈ ਉਹਨਾਂ ਵੀਡੀਓਜ਼ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਆਵਾਜ਼ ਵੀ ਆਉਂਦੀ ਹੈ ਉਹ ਆਵਾਜ਼ ਆਉਂਦੀ ਹੈ ਕੰਟਰੋਲ ਇਹ ਲਫ਼ਜ਼ ਵਰਤਿਆ ਗਿਆ ਕੰਟਰੋਲ ਜਿਹਦੇ ਚ ਕਿਹਾ ਜਾ ਰਿਹਾ ਕਿ 3 ਬੰਦੇ ਜਿਹੜੇ ਦੌੜ ਰਹੇ ਆ ਤੇ 5 ਜਿਹੜੇ ਆ ਉਹ ਆਤਮ ਸਮਰਪਣ ਕਰਨ ਨੂੰ ਤਿਆਰ ਹੈ 5 ਬੰਦੇ ਆਤਮ ਸਮਰਪਣ ਕਰਨ ਨੂੰ ਤਿਆਰ ਹੈ
ਜੋ ਆਤਮ ਸਮਰਪਣ ਕਰ ਰਹੇ ਆ ਤੇ ਉਧਰ ਤੜਾਤੜ ਗੋਲੀਆਂ ਚੱਲ ਰਹੀਆਂ ਤੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ। ਸੋ ਇਹ ਸਾਰਾ ਕੁਝ ਜਿਹੜਾ ਆ ਕਿਤੇ ਨਾ ਕਿਤੇ ਸ਼ੱਕੀ ਹੀ ਨਹੀਂ ਲੱਗਦਾ, ਸੱਚਮੁੱਚ ਹੀ ਇਹ ਲੱਗਦਾ ਹੈ ਕਿ ਇਹ ਇੱਕ ਫਰਜ਼ੀ ਮੁਕਾਬਲੇ ਦੀ ਕਹਾਣੀ ਬਣਾਈ ਗਈ ਹੈ। ਤੇ ਦੂਜੀ ਗੱਲ, ਕਿੱਥੇ ਕਿੱਥੇ ਤੈਅ ਹੋ ਗਿਆ ਕਿ ਇਹ ਦਹਿਸ਼ਤਗਰਦ ਸੀ? ਇਹਨਾਂ ਨੂੰ ਸ਼ੱਕੀ ਦਹਿਸ਼ਤਗਰਦ ਕਿਹਾ ਜਾ ਰਿਹਾ। ਅਦਾਲਤ ਦੇ ਵਿੱਚ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਸੀ, ਅਦਾਲਤ ਨੇ ਤਾਂ ਉਹਨਾਂ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਤਾਂ ਕਿਤੇ ਵੀ ਨਹੀਂ ਕਿਹਾ ਕਿ ਉਹ ਦੋਸ਼ੀ ਨੇ ਜਾਂ ਟੈਰਰਿਸਟ ਨੇ, ਉਹ ਤਾਂ ਹਜੇ ਟ੍ਰਾਇਲ ਚੱਲ ਰਿਹਾ। ਇਹ ਤਾਂ ਤੁਸੀਂ ਕਿਸੇ ਤੇ ਵੀ ਦੇਸ਼ ਚੜਾ ਕੇ ਇਸ ਵਾਰ ਜੇ ਉਮਰ ਖਾਲਿਦ ਦਾ ਮੈਂ ਨਾਂ ਲਿਆ, ਉਮਰ ਖਾਲਿਦ ਨੂੰ ਵੀ ਕਿਹਾ ਜਾ ਰਿਹਾ ਸੀ, ਜਿਹੜਾ ਜਵਾਹਰਲਾਲ ਯੂਨੀਵਰਸਿਟੀ ਦਾ ਸਟੂਡੈਂਟ ਇੱਥੇ ਜਲੰਧਰ ਬੋਲ ਕੇ ਗਿਆ, ਦੇਸ਼ ਭਗਤ ਖਾਨ, ਉਹਨੂੰ ਵੀ ਕਿਹਾ ਜਾ ਰਿਹਾ ਸੀ ਵੀ ਇੱਥੇ ਜੈਸ਼ ਮੁਹੰਮਦ ਦਾ ਬੰਦਾ। ਹੁਣ ਉਹ ਤਾਂ ਆ ਕੇ ਆਪਣੀ ਗੱਲ ਦੱਸ ਗਿਆ, ਕੱਲ ਬੋਲ ਗਿਆ, ਜਲੰਧਰ ਦੇ ਵਿੱਚ 10,000 ਲੋਕਾਂ ਦਾ ਇਕੱਠ ਸੀ ਜਿੱਥੇ ਬੋਲ ਕੇ ਗਿਆ, ਉਹਨੇ ਸਾਰੀਆਂ ਗੱਲਾਂ ਕੀਤੀਆਂ ਆਪਣੇ ਬਾਰੇ। ਹੁਣ ਜਿਹੜੀ ਆਠਾ ਮਾਰ ਦਿੱਤੇ, ਇਹ ਤਾਂ ਗਵਾਹੀ ਨਹੀਂ ਦੇਣ ਆਉਣਗੇ ਵਾਪਸ ਵਿਚਾਰੇ, ਇਹ ਕਿੱਦਾਂ ਆਪਣੀ ਬੇਗੁਨਾਹੀ ਸਾਬਤ ਕਰਨਗੇ? ਇਹਦੇ ਲਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ, ਹੁਣ ਜਾਂਚ ਹੋਏਗੀ, ਜੁਡੀਸ਼ੀਅਲੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਰ ਇਹ ਦੇਸ਼ 'ਚ ਇੱਕ ਮਾਹੌਲ ਪੈਦਾ ਕੀਤਾ ਜਾ ਰਿਹਾ, ਉਹ ਜਿਹੜੀ ਅਸੀਂ ਗੱਲ ਕਰ ਰਹੇ ਸੀ ਨਾ ਰਾਸ਼ਟਰਵਾਦ ਤੋਂ ਅੰਧ ਰਾਸ਼ਟਰਵਾਦ ਦੀ ਗੱਲ, ਅਸਲ 'ਚ ਚੋਣਾਂ ਜਿਹੜੀਆਂ ਬੜੀਆਂ ਮਹੱਤਵਪੂਰਨ ਨੇ। ਯੂਪੀ ਦੇ ਵਿੱਚ ਇੱਕ ਬਕਾਇਦਾ ਸਫਬੰਦੀ ਕਰਨੀ ਹੈ, ਯੂਪੀ ਦੇ ਵਿੱਚ ਇੱਕ ਮਾਹੌਲ ਪੈਦਾ ਕਰਨਾ ਹੈ ਕਿ ਇਹ ਦੱਸਣਾ ਹੈ ਕਿ ਮੁਸਲਮਾਨ ਦਹਿਸ਼ਤਗਰਦ ਹੁੰਦੇ ਆ, ਯਾਨੀ ਉੱਥੇ ਇੱਕ ਹਿੰਦੂ ਵੋਟ ਦੀ ਜਿਹੜੀ ਬਕਾਇਦਾ ਇੱਕ ਸਫਬੰਦੀ ਕਰਕੇ ਵੰਡ, ਬੜੀ ਤਿੱਖੀ ਵੰਡ ਕਰਕੇ ਮੁਸਲਮਾਨਾਂ ਦੇ ਖਿਲਾਫ ਇੱਕ ਮਾਹੌਲ ਬਣਾ ਕੇ ਚੋਣਾਂ ਜਿੱਤਣ ਦੀ ਕਾਹਲੀ ਹੈ। ਇਹ ਕਿਤੇ ਨਾ ਕਿਤੇ ਗੱਲਾਂ ਸਾਰੀਆਂ ਇਹਦੇ ਨਾਲ ਜੁੜਦੀਆਂ, ਸੋ ਇਹਨਾਂ ਗੱਲਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ। ਤੇ ਮੁਸਲਮਾਨ ਨੂੰ, ਸਿੱਖ ਨੂੰ, ਕੋਈ ਵੀ ਕਿਸੇ ਵੀ ਘੱਟ ਗਿਣਤੀ ਹੈ ਜਿਹੜਾ, ਉਹਨਾਂ ਨੂੰ ਇੱਕ ਦੇਸ਼ ਦੇ ਵਿੱਚ ਹੀ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ। ਘੱਟ ਗਿਣਤੀਆਂ ਨੂੰ, ਕਿਤੇ ਵੀ ਕੋਈ ਘੱਟ ਗਿਣਤੀ ਜਿਹੜੀ ਹੈ, ਉਹਨਾਂ ਨੂੰ ਆਪਣੇ ਦੇਸ਼ 'ਚ ਹੀ ਘੁੰਮਦਿਆਂ ਏਦਾਂ ਲੱਗਦਾ ਕਿ ਅਸੀਂ ਦੋਸ਼ੀ ਹੈ, ਉਹਨਾਂ ਦੇ ਮਨਾਂ 'ਚ ਏਦਾਂ ਦਾ ਖੌਫ ਪੈਦਾ ਕੀਤਾ ਜਾ ਰਿਹਾ। ਸੋ ਇਸ ਖੌਫ ਦੇ ਖਿਲਾਫ ਵੀ ਇੱਕ ਲੜਾਈ ਲੱਗ ਜੀ। ਸੁਸ਼ੀਲ ਜੀ, ਜਿਹੜੀ ਤੁਸੀਂ ਗੱਲ ਕੀਤੀ ਆ, ਸਾਰਾ ਕੁਛ ਜਿਹੜਾ ਵੋਟਾਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਆ, ਜਿੱਥੇ ਮਰਜ਼ੀ ਜੇ ਕਿਸੇ ਨੂੰ ਮਾਰਨਾ ਪਵੇ ਜਾਂ ਮੁਸਲਮਾਨ ਮਾਰਨੇ ਪੈਣ, ਸਿੱਖ ਮਾਰਨੇ ਪੈਣ, ਜਿੱਥੇ ਵੀ ਕਿਤੇ ਆ ਦੂਜਿਆਂ ਦੇ ਰਾਹੀਂ ਹਿੰਦੂ ਮਾਰਨੇ ਪੈਣ, ਸਿਰਫ ਇੱਕ ਆਪਣੀਆਂ ਕੁਰਸੀਆਂ ਨੂੰ ਸਲਾਮਤ ਰੱਖਣ ਲਈ ਇਹ ਸਾਰਾ ਕੁਛ ਹੋ ਰਿਹਾ। ਜੀ ਜੀ ਬਿਲਕੁਲ, ਦੇਖੋ ਇਹਦੇ 'ਚ ਕੁਰਸੀ ਬੜੀ ਮਹੱਤਵਪੂਰਨ ਹੈ, ਸੱਤਾ ਬੜੀ ਮਹੱਤਵਪੂਰਨ ਹੈ, ਤੇ ਸੱਤਾ ਹਮੇਸ਼ਾ ਹੀ ਮਸਲਿਆਂ ਦੇ ਸਿਰ ਤੇ, ਜਿਹੜੀ ਸਿਆਸਤ ਜਿਹੜੀ ਆ ਹਮੇਸ਼ਾ ਮਸਲਿਆਂ ਦੇ ਸਿਰ ਤੇ ਸੱਤਾ ਚਾਹੁੰਦੀ ਹੈ। ਉਹ ਜਿਹੜੀ ਵੋਟ ਬਟੋਰੂ ਸੱਤਾ ਹੈ, ਸਿਆਸਤ ਹੈ, ਕੁਰਸੀ ਦੀ ਜਿਹੜੀ ਸਿਆਸਤ ਹੈ, ਇਹਨੇ ਵਿਅਕਤੀ ਨੂੰ ਤਾਂ ਬੋਣਾ ਕੀਤਾ ਕੀਤਾ ਹੈ, ਰਾਜਨੇਤਾਵਾਂ ਦੇ ਕਦ ਵੀ ਬੋਰੇ ਕਰ ਦਿੱਤੇ ਹੈ, ਕਿਉਂਕਿ ਸਿਧਾਂਤਕ ਤੌਰ ਦੇ ਉੱਤੇ ਸਾਰਾ ਕੁਝ ਛੱਡ ਛੜਾ ਕੇ ਸਿਰਫ ਕੁਰਸੀ ਦੀ ਉਪਮਾ ਜਿਹੜੀ ਹੈ ਉਹੀ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ, ਤੇ ਉਹਦੇ ਵਿੱਚੋਂ ਇਸ ਤਰ੍ਹਾਂ ਦੇ ਫੇਕ ਕਿਸਮ ਦੇ ਐਨਕਾਊਂਟਰ ਨਿਕਲਦੇ ਆ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ। ਸ਼ੁਕਰੀਆ ਜੀ, ਮਿਹਰਬਾਨੀ। ਹਾਂ ਤੇ ਸਰੋਤੇ ਸਨ ਸਾਡੇ ਨਾਲ ਸੁਸ਼ੀਲ ਦਸਾਂਝ, ਕੁਛ ਕੁ ਖਬਰਾਂ ਹੁੰਦੀਆਂ ਉਹਨਾਂ 'ਤੇ ਇਹ ਆਪਣਾ ਤਬਸਰਾ ਕਰਦੇ ਜੀ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।